ਸਤਿ ਸ਼੍ਰੀ ਅਕਾਲ ਜੀ, ਸਵਾਗਤ ਸਾਰਿਆਂ ਦਾ ਦੇਸ਼ ਪ੍ਰਦੇਸ਼ ਲਾਈਵ ਪ੍ਰੋਗਰਾਮ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਮਨ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ। ਅੱਜ ਦੇ ਸ਼ੋਅ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਗੱਲਬਾਤ ਕਰ ਸਕੀਏ ਆਪਣੇ ਐਕਸਪਰਟ ਦੇ ਨਾਲ। ਸਟੂਡੈਂਟ ਵੀਜ਼ਾ ਵੀਜ਼ਾ ਜਿਹੜੀ ਕੰਟਰੀਜ਼ ਦਾ ਅੱਜ ਗੱਲ ਕੀਤੀ ਜਾਏਗੀ, ਡਿਸਕਸ਼ਨ ਦੇ ਵਿੱਚ ਲਿਆ ਜਾਏਗਾ, ਉਹ ਰਹੇਗਾ ਜੀ ਕੈਨੇਡਾ ਦਾ ਅਤੇ ਖਾਸ ਕਰ ਵਿਦਆਊਟ ਆਇਲਸ ਕੰਟਰੀ ਪੋਲੈਂਡ ਦਾ। ਇਹ ਸਾਰੀ ਡਿਸਕਸ਼ਨ ਕਰਨ ਦੇ ਲਈ ਸਾਦਾ ਦਿੱਤਾ ਗਿਆ ਜੀ ਪਲੈਨ ਐਂਡ ਬੁਲਸ ਤੋਂ ਜਸਲੀਨ ਨੂੰ। ਪਹਿਲੇ ਸਵਾਗਤ ਕਰਦੀ ਉਹਨਾਂ ਦਾ। ਜਸਲੀਨ, ਬਹੁਤ ਬਹੁਤ ਸਵਾਗਤ। ਧੰਨਵਾਦ ਜੀ। ਸੋ ਜਸਲੀਨ ਆ ਸਾਡੇ ਨਾਲ ਮੌਜੂਦ ਰਹਿਣਗੇ ਅਤੇ ਆਪਣੇ ਐਕਸਪੀਰੀਅੰਸ ਸਦਕੇ ਤੁਹਾਡੇ ਸਵਾਲ ਜਿਹੜੇ ਸਾਡੇ ਤੱਕ ਪਹੁੰਚੇ ਆ ਉਹਨਾਂ ਦੇ ਜਵਾਬ ਦੇਣਗੇ। ਸ਼ੁਰੂਆਤ ਕਰਾਂਗੇ ਕੈਨੇਡਾ ਨੂੰ ਲੈ ਕੇ। ਜਸਲੀਨ, ਕੈਨੇਡਾ ਕੀ ਪ੍ਰੈਜੈਂਟ ਸਿਨੈਰੀਓ ਚੱਲ ਰਿਹਾ, ਰਿਜ਼ਲਟਸ ਨੂੰ ਲੈ ਕੇ, ਆਫਰਸ ਨੂੰ ਲੈ ਕੇ, ਅਪਲਾਈ ਕਰਨ ਨੂੰ ਲੈ ਕੇ, ਹਰ ਚੀਜ਼ ਨੂੰ ਲੈ ਕੇ ਕਿੱਦਾਂ ਦਾ ਸਿਨੈਰੀਓ ਪ੍ਰੋਪਰ ਦੇਖਣ ਨੂੰ ਮਿਲ ਰਿਹਾ? ਕੈਨੇਡਾ ਦਾ ਇਸ ਸਮੇਂ ਬਹੁਤ ਵਧੀਆ ਰਿਸਪੋਂਸ ਆ ਰਿਹਾ, ਮੈਂ ਕਹਾਂਗੀ ਬਹੁਤ ਪੋਜ਼ਿਟਿਵ ਰਿਸਪੋਂਸ ਆ ਰਿਹਾ ਜਨਰਲ ਕੈਟੇਗਰੀ ਦੇ ਵਿੱਚ। ਕਿਤੇ ਨਾ ਕਿਤੇ ਸਟੂਡੈਂਟ ਜਿਹੜੇ ਘਬਰਾਏ ਹੋਏ ਸੀਗੇ ਵੀ ਹਾਂਜੀ ਸਾਡੀ ਜਿਵੇਂ ਕਿ ਫਾਈਲ ਜਿਹੜੀ SPP ਦੇ ਵਿੱਚ ਨਹੀਂ ਲੱਗ ਸਕਦੀ ਹੈ ਅਤੇ ਅਸੀਂ ਜਨਰਲ ਦੇ ਵਿੱਚ ਲਾ ਰਹੇ ਹਾਂ, ਰਿਜ਼ਲਟ ਕਿਵੇਂ ਦਾ ਰਹੇਗਾ? ਉਹ ਬਹੁਤ ਖੁਸ਼ ਸੀ ਆਪਣਾ ਵੀਜ਼ਾ ਵੇਖ ਕੇ, ਉਹ ਰਿਜ਼ਲਟ ਵੇਖ ਕੇ, ਅਤੇ ਸਾਨੂੰ ਉਸ ਤੋਂ ਜ਼ਿਆਦਾ ਖੁਸ਼ੀ ਹੁੰਦੀ ਹੈ ਬਿਕੋਜ਼ ਕਿਤੇ ਨਾ ਕਿਤੇ ਦੇਖੋ ਅਸੀਂ ਜੋ ਕੰਮ ਕਰ ਰਹੇ ਹਾਂ ਕੰਸਲਟੈਂਟ, ਅਸੀਂ ਜਿਹੜੇ ਸਟੂਡੈਂਟਸ ਆ ਅਪਲਾਈ ਕਰਵਾ ਰਹੇ ਹਾਂ, ਫਾਈਲ ਲਾਈ ਜਾ ਰਹੀ ਹੈ, ਜਦੋਂ ਵੀਜ਼ਾ ਆਉਂਦਾ ਸਾਡਾ ਵੀ ਕਿਤਨੀ ਜਿਹੜੀ ਮਿਹਨਤ ਹੈਗੀ ਆ ਉਹ ਰੰਗ ਲੈ ਕੇ ਆਉਂਦੀ ਹੈ, ਸਾਨੂੰ ਵੀ ਕਿਤੇ ਕਿਤੇ ਖੁਸ਼ੀ ਹੁੰਦੀ ਹੈ। ਅਤੇ ਅਸੀਂ ਜਿਹੜਾ ਕਿ ਰਿਸਪੋਂਸ ਅਸੀਂ ਜੇ ਤੁਸੀਂ ਵੇਖਦੇ ਹੋ ਤਾਂ ਪਲੈਨਟ ਬੁਲਸ ਦਾ ਕਿਤੇ ਵੀ ਕੋਈ ਸੈਮੀਨਾਰਸ ਨਹੀਂ ਹੁੰਦਾ, ਸਾਡੇ ਵੱਲੋਂ ਇਹੀ ਕੋਸ਼ਿਸ਼ ਹੈ ਕਿ ਜਿਹੜੇ ਵੀਜ਼ਾਸ ਲੱਗ ਰਹੇ ਨੇ ਉਹਨਾਂ ਦੇ ਰੈਫਰੈਂਸਿਸ ਹੀ ਸਾਡੇ ਕੋਲ ਆਉਣ, ਅਤੇ ਉਹਨਾਂ ਦਾ ਸਰਕਲ ਜਿਹੜੇ ਫਰੈਂਡਸ ਆ ਰਹੇ ਨੇ ਰੈਫਰੈਂਸਿਸ ਆ ਰਹੇ ਨੇ ਉਹਦੇ ਨਾਲ ਹੋਰ ਖੁਸ਼ੀ ਹੁੰਦੀ ਹੈ ਬਿਕੋਜ਼ ਕਿਤੇ ਨਾ ਕਿਤੇ ਤੁਹਾਡਾ ਜਿਹੜਾ ਪੋਜ਼ਿਟਿਵ ਕੰਮ ਹੈ ਤੁਹਾਡਾ ਜਿਹੜੀ ਤੁਹਾਡੀ ਇੱਕ ਕਹਿ ਸਕਦੇ ਹਾਂ ਕਿ ਜੋ ਕਾਮਯਾਬੀ ਹੈ ਤੁਹਾਨੂੰ ਨਜ਼ਰ ਆਉਂਦੀ ਹੈ। ਅਤੇ ਮੈਂ ਕਹਾਂਗੀ ਕਿ ਜਿਨ੍ਹਾਂ ਬੱਚਿਆਂ ਦੇ ਰਿਫਿਊਜ਼ਲ ਲੱਗੇ ਸੀ ਉਹਨਾਂ ਦੇ ਵੀਜ਼ਾਜ਼ ਆਏ, ਗੈਪ ਸੀਗਾ ਉਹਨਾਂ ਦੇ ਵੀਜ਼ਾਜ਼ ਆਏ, ਉਹੀ ਜਿਹੜਾ ਜਿਹੜਾ ਰਿਜ਼ਲਟ ਹੈਗਾ ਸਾਨੂੰ ਕਿਤੇ ਨਾ ਕਿਤੇ ਅੱਗੇ ਹੋਰ ਇਨਕਰੇਜ ਕਰ ਰਿਹਾ ਵੀ ਹਾਂਜੀ ਅਸੀਂ ਜਨਰਲ ਕੈਟੇਗਰੀ ਨੂੰ ਹੋਰ ਜ਼ਿਆਦਾ ਅੱਗੇ ਵਧਾਈਏ। ਕਿਤੇ ਨਾ ਕਿਤੇ ਬਹੁਤ ਹੱਦ ਤੱਕ ਮੈਂ ਕਹਿ ਸਕਦੀ ਹਾਂ ਕਿ ਜਿਹੜੇ ਸਟੂਡੈਂਟਸ ਨਿਰਾਸ਼ ਸੀਗੇ ਉਹਨਾਂ ਦੇ ਵੀਜ਼ਾਜ਼ ਆਏ ਨੇ। ਕੈਨੇਡਾ ਕੈਟੇਗਰੀ ਵਿੱਚ ਅਗਰ ਅਸੀਂ ਦੇਖੀਏ ਕੈਟੇਗਰੀਜ਼ SPP ਅਤੇ ਜਨਰਲ ਦੋਨਾਂ ਵਿੱਚ ਹੀ ਕਿਤੇ ਵੀ ਕੋਈ ਸ਼ੋਰਟ ਹੀ ਨਹੀਂ ਦੇ ਸਕਦਾ, ਦੋਨਾਂ ਵਿੱਚ ਹੀ ਜਿਹਨੂੰ ਜਿਹੜਾ ਰਿਜ਼ਲਟ ਆ ਇੰਬੈਸੀ ਆਫਿਸਰ ਨੇ ਦੇਣਾ, ਦੋਨਾਂ ਕੈਟੇਗਰੀਜ਼ ਦੇ ਵਿੱਚ ਜਿਹੜੀ ਫਾਈਲਿੰਗ ਹੈਗੀ ਹੈ ਚੈੱਕਲਿਸਟ ਦੇ ਅਕੋਰਡਿੰਗ ਲੱਗਣੀ ਚਾਹੀਦੀ ਹੈ, ਸਟਰੋਂਗ ਹੋਣੀ ਚਾਹੀਦੀ ਹੈ ਅਤੇ ਵੀਜ਼ਾ ਆ ਸਕਦਾ। ਮੈਂ ਇਹ ਨਹੀਂ ਕਹਿੰਦੀ ਕਿ ਹਾਂਜੀ SPP ਦੇ ਵਿੱਚ ਵੀਜ਼ਾ ਨਹੀਂ ਲੱਗ ਰਿਹਾ, ਮੈਂ ਇਹ ਕਹਿ ਰਹੀ ਹਾਂ ਦੋਨੋਂ ਕੈਟੇਗਰੀਜ਼ ਦੇ ਵਿੱਚ ਵੀਜ਼ਾਸ ਲੱਗ ਰਹੇ ਨੇ, ਦੋਨੋਂ ਵਿੱਚ ਹੀ ਰਿਫਿਊਜ਼ਲਸ ਆ ਰਹੀਆਂ ਨੇ। ਦੇਖਣਾ ਪਏਗਾ ਕੰਸਲਟੈਂਟ ਨੂੰ ਕਿ ਜਿਹੜੇ ਬੱਚੇ ਦੀ ਫਾਈਲ ਆ ਉਹ ਕਿਹੜੀ ਕੈਟੇਗਰੀ ਦੇ ਐਲੀਜੀਬਲ ਹੈ, ਬਿਕੋਜ਼ ਅਗਰ ਸਟੂਡੈਂਟ ਦਾ 1 ਸਾਲ ਤੋਂ ਉੱਪਰ ਗੈਪ ਹੈਗਾ, ਦੂਜੀ ਗੱਲ ਅਗਰ ਉਹਦੀ ਪਰਸੈਂਟੇਜ ਲੋ ਹੈਗੀ ਹੈ, ਗੈਪ ਦੇ ਨਾਲ ਪਰਸੈਂਟੇਜ ਲੋ ਦੇ ਨਾਲ ਅਗਰ ਰਿਫਿਊਜ਼ਲ ਆਈ ਹੋਈ ਹੈ, ਮਤਲਬ ਇਹ ਤਿੰਨੋਂ ਗੱਲਾਂ ਵਿੱਚ ਅਗਰ ਆਈਲੈਟਸ ਲੋ ਹੈਗੇ ਨੇ, ਇਹ ਗੱਲਾਂ ਇਹ ਸਾਰੇ ਕਾਫੀ ਪਹਿਲੂ ਹੈਗੇ ਨੇ ਜਿਹੜੇ ਵੇਖਣੇ ਪੈਣਗੇ। ਸਿਰਫ ਆਈਲੈਟਸ 'ਤੇ ਡਿਪੈਂਡ ਨਹੀਂ ਹੈ ਕੈਟੇਗਰੀ, ਤੁਹਾਡਾ ਗੈਪ, ਤੁਹਾਡੀ ਪਹਿਲਾਂ ਰਿਫਿਊਜ਼ਲ ਆਈ ਆ, ਪਰਸੈਂਟੇਜ, ਤੁਹਾਡੇ ਕੋਲ ਮੈਥ ਹੈ ਕਿ ਨਹੀਂ ਹੈ, ਤੁਸੀਂ ਜਿਹੜੀ ਸਟੱਡੀ ਕੀਤੀ ਹੈ, ਡਿਗਰੀ ਕੀਤੀ ਹੈ, ਉਸ ਤੋਂ ਬਾਅਦ ਕਿੰਨਾ ਗੈਪ ਹੈ, ਜੋਬ ਦਾ ਕੋਈ ਐਕਸਪੀਰੀਅੰਸ ਹੈ, ਅਤੇ ਫੰਡਸ ਕਿਵੇਂ ਦਿਖਾ ਸਕਦੇ ਹੋ, ਕਿਸ ਅਕੋਰਡਿੰਗ ਦਿਖਾ ਰਹੇ ਹੋ, ਅਤੇ ਉਸ ਟੋਟਲ ਓਵਰਆਲ ਸਾਰਾ ਕੁਝ ਵੇਖ ਕੇ ਦੇਖਣਾ ਪੈਂਦਾ ਕਿ ਤੁਸੀਂ ਕਿਹੜੀ ਕੈਟੇਗਰੀ ਵਿੱਚ ਅਪਲਾਈ ਕਰ ਸਕਦੇ ਹੋ। ਇਸ ਸ਼ੋਅ ਦੇ ਵਿੱਚ ਅਸੀਂ ਸਿਰਫ ਤੁਹਾਨੂੰ ਕੁਝ ਇਨਫੋਰਮੇਸ਼ਨ ਦੇ ਸਕਦੇ ਹਾਂ ਪਰ ਹਰ ਇੱਕ ਪ੍ਰੋਫਾਈਲ ਨੂੰ ਡਿਸਕਸ ਨਹੀਂ ਕਰ ਸਕਦੇ ਹਾਂ, ਅਤੇ ਮੇਰੇ ਵੱਲੋਂ ਇਹ ਕੋਸ਼ਿਸ਼ ਹੈ ਕਿ ਜਿਹੜੇ ਤੁਸੀਂ ਸਕਰੀਨ 'ਤੇ ਨੰਬਰ ਚੱਲ ਰਹੇ ਹੁੰਦੇ ਉਸ 'ਤੇ ਕਾਲ ਕਰਕੇ ਅਪੁਆਇੰਟਮੈਂਟ ਲੈ ਕੇ ਆ ਕੇ ਮਿਲੋ। ਇਸ ਟਾਈਮ ਕਾਫੀ ਰਸ਼ ਹੈ ਆਫਿਸ ਦੇ ਵਿੱਚ, ਕਾਫੀ ਸਟੂਡੈਂਟ ਸਾਨੂੰ ਮਿਲਣ ਆ ਰਹੇ ਨੇ, ਮੈਂ ਨਹੀਂ ਚਾਹੁੰਦੀ ਕਿ ਐਪਲੀਕੈਂਟਸ ਨੂੰ ਕਾਫੀ ਦੇਰ ਤੱਕ ਵੇਟ ਕਰਨੀ ਪਏ। ਵਿਦਆਊਟ ਅਪੁਆਇੰਟਮੈਂਟ ਅਗਰ ਆਉਂਦੇ ਹੋ ਤੁਸੀਂ ਅਪੁਆਇੰਟਮੈਂਟ ਲੈ ਕੇ ਆਓਗੇ ਤੁਸੀਂ ਤੁਹਾਨੂੰ ਜਲਦ ਤੋਂ ਜਲਦ ਤੁਹਾਡੀ ਮੀਟਿੰਗ ਹੋ ਜਾਏਗੀ ਕਾਉਂਸਲਰ, ਤੁਹਾਨੂੰ ਡਿਟੇਲ ਦਿੱਤੀਆਂ ਜਾਣਗੀਆਂ। ਕਾਉਂਸਲਿੰਗ ਫਰੀ ਆਫ ਕੋਸਟ ਹੈ, ਕੋਈ ਚਾਰਜਿਸ ਨਹੀਂ ਹੈ ਕਾਉਂਸਲਿੰਗ ਦੇ, ਤੁਸੀਂ ਡਾਕੂਮੈਂਟੇਸ਼ਨ ਲੈ ਕੇ ਆਓ, ਜਦ ਤੱਕ ਤੁਸੀਂ ਅਪਲਾਈ ਨਹੀਂ ਕਰੋਗੇ ਤਦ ਤੱਕ ਤੁਹਾਡੇ ਤੋਂ ਕੋਈ ਚਾਰਜਿਸ ਨਹੀਂ ਲਿੱਤੇ ਜਾਣਗੇ।
ਇਹਦੇ ਨਾਲ ਜਿਹੜੀ ਫੀਸਿਸ ਹੈਗੀਆਂ ਨੇ ਤੁਹਾਨੂੰ ਕਲੀਅਰ ਦੱਸੀਆਂ ਜਾਣਗੀਆਂ ਵੀ ਤੁਹਾਡੀ ਆਫ ਲੈਟਰ ਦੇ ਚਾਰਜਿਸ ਕਿੰਨੇ ਹੈਗੇ ਨੇ, ਕਾਲਜ ਦੀ ਫੀਸ ਕਿੰਨੀ ਹੈਗੀ ਹੈ, ਅਤੇ ਸਟੂਡੈਂਟਸ ਨੂੰ ਜਿਹੜਾ ਕਿ ਇਸ ਸਮੇਂ ਅਵੇਅਰ ਹੋਣਾ ਚਾਹੀਦਾ ਵੀ ਕਿਤੇ ਵੀ ਤੁਸੀਂ ਗੱਲਾਂ ਵਿੱਚ ਨਾ ਆਓ ਕਿ ਹਾਂਜੀ ਕੈਨੇਡਾ ਵਿਦਆਊਟ ਆਈਲੈਟਸ, ਜਿਹੜੇ ਬੱਚੇ ਸੋਚਦੇ ਨੇ ਸੁਣਦੇ ਨੇ ਕਿ ਮੈਮ ਕੈਨੇਡਾ ਵਿਦਆਊਟ ਆਈਲੈਟਸ ਵੀ ਹੋ ਰਿਹਾ, ਉਹਨਾਂ ਸਟੂਡੈਂਟਸ ਦੀ ਪਰਸੈਂਟੇਜ ਬਹੁਤ ਹਾਈ ਹੈਗੀ ਹੈ, ਇੰਗਲਿਸ਼ ਦੇ ਵਿੱਚ ਪਰਸੈਂਟੇਜ ਬਹੁਤ ਹਾਈ ਹੈਗੀ ਹੈ, ਜਿਹਦੇ ਕਰਕੇ ਉਹਨਾਂ ਦੀ ਆਈਲੈਟਸ ਦੀ ਰਿਕੁਆਇਰਮੈਂਟ ਨਹੀਂ ਹੁੰਦੀ। ਬਟ ਮੈਂ ਉਹਨਾਂ ਸਟੂਡੈਂਟਸ ਨੂੰ ਵੀ ਕਹਾਂਗੀ ਅਗਰ ਤੁਹਾਡੀ ਪਰਸੈਂਟੇਜ ਹਾਈ ਹੈ, ਤੁਹਾਡੀ ਆਈ ਇੰਗਲਿਸ਼ ਬਹੁਤ ਵਧੀਆ ਹੈ, ਤੁਹਾਡੀ ਇੰਗਲਿਸ਼ ਵਿੱਚ ਪਰਸੈਂਟੇਜ ਹਾਈ ਹੈ, ਤਾਂ ਵੀ ਤੁਸੀਂ ਪਲੀਜ਼ ਆਪਣਾ ਵਿਦਆਊਟ ਆਈਲੈਟਸ ਨਾ ਅਪਲਾਈ ਕਰਦੇ ਹੋਏ ਆਈਲੈਟਸ ਦਾ 10,000 ਦਾ ਐਗਜ਼ਾਮ ਦੇ ਦਿਓ, ਬਿਕੋਜ਼ ਤੁਸੀਂ ਰਿਸਕ ਨਾ ਲਵੋ ਅਤੇ ਆਪਣਾ ਆਈਲੈਟਸ ਦਾ ਐਗਜ਼ਾਮ ਦੇ ਕੇ ਆਪਣਾ ਕੈਨੇਡਾ ਲਈ ਤੁਸੀਂ ਅਪਲਾਈ ਕਰੋ। ਸਟੂਡੈਂਟਸ ਨੂੰ ਕਿਤੇ ਵੀ ਕੋਈ ਡਾਊਟ ਹੈ ਆਪਣੇ ਡਾਕੂਮੈਂਟੇਸ਼ਨਸ ਨੂੰ ਲੈ ਕੇ ਇੱਕ ਵਾਰ ਆ ਕੇ ਜ਼ਰੂਰ ਮਿਲਣ, ਜਦੋਂ ਤੁਸੀਂ ਆਉਣਾ ਆਪਣੇ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਆਉਣੇ, ਅਕੈਡਮਿਕਸ ਜ਼ਰੂਰ ਨਾਲ ਲੈ ਕੇ ਆਉਣੇ, ਕਿਉਂਕਿ ਉਹਨਾਂ ਨੂੰ ਵੇਖ ਕੇ ਅਸੀਂ ਤੁਹਾਨੂੰ ਦੱਸ ਸਕਦੇ ਹਾਂ ਵੀ ਤੁਸੀਂ ਕਿਹੜੀ ਕੰਟਰੀ ਅਤੇ ਕਿਹੜੇ ਕੋਰਸ ਲਈ ਜਾ ਸਕਦੇ ਹੋ। ਜੀ, ਇਹ ਜਦੋਂ ਬੱਚਾ ਨੌਨ ਐਸ ਪੀ ਪੀ ਅਪਲਾਈ ਕਰਦਾ, ਕਿਸ ਤਰ੍ਹਾਂ ਦੇ ਸਵਾਲ ਹੁੰਦੇ ਨੇ ਜਦੋਂ ਇੱਕ ਬੱਚਾ ਤੁਹਾਡੇ ਕੋਲ ਆਉਂਦਾ, ਤੁਸੀਂ ਡਿਫਰੈਂਸ਼ੀਏਟ ਕਰਦੇ ਹੋ ਵੀ ਤੂੰ ਐਸ ਪੀ ਪੀ ਨਹੀਂ ਜਾ ਸਕਦਾ, ਤੈਨੂੰ ਨੌਨ ਐਸ ਪੀ ਪੀ ਜਾਣਾ ਪਏਗਾ, ਕਿਸ ਤਰ੍ਹਾਂ ਦੇ ਉਹਦੇ ਸਵਾਲ ਹੁੰਦੇ ਆ? ਕਿਉਂਕਿ ਉਹਦੇ ਲਈ ਇੱਕ ਨਵੀਂ ਚੀਜ਼ ਹੈ, ਐਸ ਪੀ ਪੀ ਪ੍ਰਮੋਟ ਹੁੰਦਾ, ਐਸ ਪੀ ਪੀ ਐਡਸ ਦੇ ਵਿੱਚ ਦੇਖਣ ਨੂੰ ਮਿਲਦਾ, ਸ਼ੋਜ਼ ਦੇ ਵਿੱਚ ਸੁਣਨ ਨੂੰ ਮਿਲਦਾ। ਨੌਨ ਐਸ ਪੀ ਪੀ ਬਹੁਤ ਘੱਟ ਐਕਸਪਰਟ, ਜਿਨ੍ਹਾਂ ਦੀ ਐਕਸਪਰਟਾਈਜ਼ ਹੈ ਸਿਰਫ ਉਹੀ ਪ੍ਰਮੋਟ ਕਰਦੇ ਨੇ, ਕਿਸ ਤਰ੍ਹਾਂ ਦੇ ਸਵਾਲ ਬੱਚਾ ਕਰਦਾ ਇਹਦੇ ਬਾਰੇ? ਸਰ ਮੈਂ ਅਗਰ ਆਪਣਾ ਐਕਸਪੀਰੀਅੰਸ ਦੱਸਾਂਗੀ ਕਿ ਮੇਰੇ ਕੋਲ ਜਿਹੜੇ ਸਟੂਡੈਂਟਸ ਆਉਂਦੇ ਨੇ ਉਹ ਕਦੇ ਵੀ ਗੱਲ ਨਹੀਂ ਕਰਦੇ ਕਿ ਅਸੀਂ ਐਸ ਪੀ ਪੀ ਦੇ ਵਿੱਚ ਹੀ ਜਾਣਾ। ਜਦੋਂ ਉਹਨਾਂ ਨੂੰ ਸਮਝਾਇਆ ਜਾਂਦਾ ਕਿ ਅੱਜ ਸਟੂਡੈਂਟ ਅਵੇਅਰ ਹੋ ਚੁੱਕਿਆ, ਉਹਨੂੰ ਪਤਾ ਲੱਗ ਚੁੱਕਿਆ ਕਿ ਜਿਹੜੀ ਕੈਟੇਗਰੀਜ਼ ਦਾ ਇਹ ਵੀ ਤਾਂ ਇੰਬੈਸੀ ਵੱਲੋਂ ਹੀ ਦੱਸੀਆਂ ਗਈਆਂ ਨੇ, ਪਹਿਲਾਂ ਜਨਰਲ ਦੇ ਵਿੱਚ ਹੀ ਵੀਜ਼ਾ ਆਉਂਦਾ ਸੀਗਾ, ਲਾਸਟ 7-8 ਈਅਰਸ ਤੋਂ ਐਸ ਪੀ ਪੀ ਕੈਟੇਗਰੀ ਚੱਲ ਰਹੀ ਹੈ, ਪਰ ਉਸ ਤੋਂ ਪਹਿਲਾਂ ਜਨਰਲ ਕੈਟੇਗਰੀ ਵਿੱਚ ਹੀ ਤੁਹਾਡੇ ਵੀਜ਼ਾ ਆਉਂਦੇ ਸੀਗੇ, ਅਤੇ ਉਸ ਤੋਂ ਬਾਅਦ ਹੀ ਹੁਣ ਤੁਹਾਡਾ ਜਿਹੜਾ ਅਪਲਾਈ ਹੋ ਰਿਹਾ ਉਹ ਐਸ ਪੀ ਪੀ ਅਤੇ ਜਨਰਲ ਦੋਨਾਂ ਕੈਟੇਗਰੀਜ਼ ਦੇ ਵਿੱਚ ਅਪਲਾਈ ਹੋ ਰਿਹਾ। ਜਦੋਂ ਮੇਰੇ ਕੋਲ ਸਟੂਡੈਂਟ ਆਏਗਾ, ਮੈਂ ਤਾਂ ਐਸ ਪੀ ਪੀ ਕੈਟੇਗਰੀ ਵੀ ਕਰ ਰਹੀ ਹਾਂ ਅਤੇ ਜਨਰਲ ਵੀ ਕਰ ਰਹੇ ਹਾਂ ਅਸੀਂ ਲੋਕ, ਜਿਹੜੇ ਵੀ ਕੈਟੇਗਰੀ ਵਿੱਚ ਤੁਹਾਡਾ ਬਣਦਾ ਹੋਏਗਾ, ਰਿਲੇਵੈਂਟ ਬਣਦਾ ਹੋਏਗਾ, ਉਸ ਕੈਟੇਗਰੀ ਵਿੱਚ ਤੁਹਾਡਾ ਅਪਲਾਈ ਕੀਤਾ ਜਾਏਗਾ। ਪਰ ਵੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਮੈਨੂੰ ਲੱਗ ਰਿਹਾ ਕਿ ਸਟੂਡੈਂਟ ਦਾ ਰਿਫਿਊਜ਼ਲ ਆ ਜਾਂਦਾ ਜਦੋਂ ਐਸ ਪੀ ਪੀ ਦੇ ਵਿੱਚ, ਤਾਂ ਸਟੂਡੈਂਟ ਸੋਚਦਾ ਕਿ ਮੈਂ ਦੁਬਾਰਾ ਕੈਨੇਡਾ ਅਪਲਾਈ ਨਾ ਕਰਾਂ, ਉਹਦੇ ਲਈ ਮੈਂ ਉਹਨਾਂ ਨੂੰ ਕਹਿ ਰਹੀ ਹਾਂ ਕਿ ਤੁਹਾਡੇ ਕੋਲ ਹੁਣ ਵੀ ਆਪਸ਼ਨ ਹੈ, ਤੁਸੀਂ ਜਨਰਲ ਕੈਟੇਗਰੀ ਵਿੱਚ ਅਪਲਾਈ ਕਰ ਸਕਦੇ ਹੋ। ਕੁਝ ਸਟੂਡੈਂਟ ਸੋਚਦੇ ਨੇ ਕਿ ਮੇਰੀ ਪਰਸੈਂਟੇਜ ਬਹੁਤ ਲੋ ਹੈ, ਮੇਰਾ ਗੈਪ ਬਣ ਚੁੱਕਿਆ 2-3 ਸਾਲ ਦਾ, ਹੁਣ ਮੈਂ ਕਿਵੇਂ ਅਪਲਾਈ ਕਰ ਲਵਾਂ ਕੈਨੇਡਾ, ਉਹਨਾਂ ਲਈ ਵੀ ਆਪਸ਼ਨ ਹੈ, ਜਨਰਲ ਕੈਟੇਗਰੀ ਵਿੱਚ ਤੁਸੀਂ ਅਪਲਾਈ ਕਰ ਸਕਦੇ ਹੋ। ਬਿਕਾਜ਼ ਜਿਹੜਾ ਗੈਪ ਹੈ ਉਹਦੇ 'ਚ ਤੁਸੀਂ ਕੁਛ ਨਾ ਕੁਛ ਤਾਂ ਕੀਤਾ ਹੁੰਦਾ, ਕਿਤੇ ਪੇਰੈਂਟਸ ਨਾਲ ਜੋਬ ਨਾਲ ਕੀਤੀ ਹੁੰਦੀ ਹੈ, ਜਾਂ ਘਰਦਿਆਂ ਨਾਲ ਹੈਲਪ ਕਰ ਰਹੇ ਹੁੰਦੇ ਕਿਸੇ ਬਿਜ਼ਨਸ ਵਿੱਚ, ਤੁਸੀਂ ਬਿਮਾਰ ਸੀਗੇ ਜਾਂ ਕੋਈ ਇਗਜ਼ਾਮ ਦੀ ਤਿਆਰੀ ਕਰ ਰਹੇ ਸੀਗੇ। ਇੱਕ ਹੋਰ ਗੱਲ ਜੋ ਮੈਂ ਵੇਖਣ ਦੇ ਵਿੱਚ ਆਈ ਹੈ ਕਿ ਸਟੂਡੈਂਟਸ ਕਿਤਨਾ ਕਿਤੇ ਜਦੋਂ ਕੋਈ ਇਗਜ਼ਾਮ ਦੀ ਤਿਆਰੀ ਕਰਦੇ ਹੁੰਦੇ ਨੇ, ਇਗਜ਼ਾਮ ਦਿੰਦੇ ਨੇ, ਉਹ ਆਪਣੇ ਜਿਹੜੇ ਰੋਲ ਨੰਬਰ ਮਿਲਦੇ ਨੇ ਉਹਨਾਂ ਨੂੰ ਇਗਜ਼ਾਮ ਦੇਣ ਤੋਂ ਬਾਅਦ, ਰਿਜ਼ਲਟ ਆਉਣ ਤੋਂ ਬਾਅਦ ਧਿਆਨ ਨਹੀਂ ਰੱਖਦੇ, ਉਹ ਪਲੀਜ਼ ਆਪਣੇ ਕੋਲ ਰੱਖਿਆ ਕਰੋ, ਪਰੂਫ ਬਣਦਾ ਹੈ ਕੱਲ੍ਹ ਨੂੰ ਤੁਹਾਡਾ ਜਿਹੜਾ ਗੈਪ ਕਵਰ ਕਰਨ ਦੇ ਵਿੱਚ। ਇਹਦੇ ਨਾਲ ਹੀ ਜਿਹੜਾ ਬੱਚਿਆਂ ਨੇ ਆਈਲੈਸ ਕਰਨੀ ਹੈ, ਜਦੋਂ ਤੁਸੀਂ ਇੱਕ ਸਟੱਡੀ ਕਰਨ ਤੋਂ ਬਾਅਦ ਆਈਲੈਸ ਕਰਦੇ ਹੋ, ਤਾਂ ਉਸ ਆਈਲੈਸ ਇਗਜ਼ਾਮ ਦੇ ਵੀ 2-3 ਮਹੀਨੇ ਦੀ ਜਿਹੜੇ ਕਿ ਤੁਸੀਂ ਗੈਪ ਵਿੱਚ ਲਾ ਸਕਦੇ ਹੋ, ਤੁਸੀਂ ਆਪਣੀ ਆਈਲੈਸ ਦੀ ਪ੍ਰਿਪਰੇਸ਼ਨ ਕੀਤੀ ਸੀਗੀ। ਅਤੇ ਕੁਝ ਸਟੂਡੈਂਟਸ ਜਿਨ੍ਹਾਂ ਜੋ ਆਰਟਸ ਸਟੂਡੈਂਟਸ ਨੇ ਜਿਨ੍ਹਾਂ ਕੋਲ ਮੈਥਸ ਨਹੀਂ ਹੈ, ਉਹਨਾਂ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ, ਕੈਨੇਡਾ ਦੇ ਵਿੱਚ ਉਹਨਾਂ ਕੋਲ ਆਪਸ਼ਨ ਹੈ ਕਿ ਆਪਣਾ ਵਿਦਆਊਟ ਮੈਥਸ ਆਪਣਾ ਜਨਰਲ ਕੈਟੇਗਰੀ ਦੇ ਵਿੱਚ ਜਾ ਸਕਦੇ ਨੇ, ਬਿਜ਼ਨਸ ਐਡਮਿਨਿਸਟ੍ਰੇਸ਼ਨ ਕੋਰਸ ਦੇ ਵਿੱਚ, ਹੋਟਲ ਮੈਨੇਜਮੈਂਟ ਦੇ ਕੋਰਸ ਦੇ ਵਿੱਚ, ਅਤੇ ਨਾਲ ਨਾਲ ਆਫਿਸ ਐਡਮਿਨਿਸਟ੍ਰੇਸ਼ਨ ਐਗਜ਼ੈਕਟਿਵ ਦੇ ਕੋਰਸ ਵਿੱਚ ਕਾਫੀ ਕੋਰਸਿਸ ਉਹਨਾਂ ਲਈ ਵੀ ਅਵੇਲੇਬਲ ਹੈਗਾ। ਆਪਣੀ ਸੀਟਸ ਬੁੱਕ ਕਰਾਓ, ਬਿਕਾਜ਼ ਆਰਟਸ ਵਾਲੇ ਬੱਚਿਆਂ ਲਈ ਜਿਹੜੀ ਸੀਟਸ ਹੈ ਫਿਰ ਉਹ ਕੱਲ੍ਹ ਨੂੰ ਕਾਫੀ ਹੱਦ ਮੁਸ਼ਕਿਲ ਹੋ ਜਾਂਦੀਆਂ ਨੇ ਬੁੱਕ ਕਰਾਉਣੀਆਂ, ਤੁਸੀਂ ਜਿੰਨੀ ਜਲਦੀ ਹੋ ਸਕੇ ਆਪਣਾ ਅਪਲਾਈ ਕਰੋ। ਕੁਝ ਸਟੂਡੈਂਟ ਜਿਹੜੇ ਕਿ ਇਸ ਸਮੇਂ ਤਿਆਰੀ ਕਰ ਰਹੇ ਨੇ ਕਿ ਹਾਂਜੀ ਆਈਲੈਟਸ ਦਾ ਇਗਜ਼ਾਮ ਦੇਣਾ, ਉਸ ਤੋਂ ਬਾਅਦ ਅਸੀਂ ਅਪਲਾਈ ਕਰਾਂਗੇ, ਮੈਂ ਉਹਨਾਂ ਨੂੰ ਕਹਾਂਗੀ ਆਈਲੈਟਸ ਇਗਜ਼ਾਮ ਆਉਂਦੇ ਜਿਵੇਂ ਤੁਹਾਨੂੰ ਲੱਗਦਾ ਕਿ ਤੁਹਾਡਾ ਰਿਜ਼ਲਟ ਆ ਗਿਆ, ਤੁਸੀਂ ਉਸ ਤੋਂ ਬਾਅਦ ਹੀ ਆਫਿਸ ਆ ਕੇ ਮਿਲੋ, ਤਾਂ ਕਿ ਤੁਹਾਡਾ ਜਿੰਨੀ ਜਲਦੀ ਹੋ ਸਕੇ ਰੈਡੀ ਕਰਾਇਆ ਜਾਏ, ਕਿਉਂਕਿ ਸਾਡੇ ਵੱਲੋਂ ਤਾਂ ਅਸੀਂ ਜਦੋਂ ਆਈਲੈਟਸ ਡੇਟ ਲੈ ਲਈ, ਕੰਡੀਸ਼ਨਲ ਲਈ ਅਪਲਾਈ ਨਹੀਂ ਕਰ ਪਾਉਂਦਾ ਬੱਚਾ? ਕੰਡੀਸ਼ਨਲ ਲਈ ਅਪਲਾਈ ਕਰ ਦੋਗੇ ਉਦੋਂ ਕੋਈ ਫਾਇਦਾ ਨਹੀਂ ਹੁੰਦਾ, ਜਦੋਂ ਤੁਸੀਂ ਆਪਣਾ ਆਈਲੈਟਸ, ਕਿਉਂਕਿ ਬੱਚਾ ਕਨਫਿਊਜ਼ ਹੁੰਦਾ ਕਿ ਹੁਣ ਮੈਂ ਇਸ ਸਮੇਂ ਮੈਂ ਜਨਰਲ ਵਿੱਚ ਅਪਲਾਈ ਕਰਾਂ ਕਿ ਐਸ ਪੀ ਪੀ ਲਈ ਅਪਲਾਈ ਕਰਾਂ। ਦੂਜੀ ਗੱਲ ਹੈ ਕੰਡੀਸ਼ਨਲ ਆਫਰ ਲੈਟਰ, ਕੋਈ ਇਹ ਨਹੀਂ ਹੈ ਕਿ
ਫਾਈਨਲ ਆਫ ਲੈਟਰ ਹੈ ਉਹ ਕੈਂਸਲ ਹੋ ਸਕਦੀ ਹੈ। ਉਹਦੇ ਵਿੱਚ ਤੁਸੀਂ ਕਿਤੇ ਵੀ ਇਹ ਨਹੀਂ ਕਰ ਸਕਦੇ ਕਿ ਹਾਂਜੀ ਮੈਂ ਤਾਂ ਬੁੱਕ ਕਰਾਈ ਸੀ ਜਾਂ ਮੇਰਾ ਹੁਣ ਰਿਜ਼ਲਟ ਆ ਗਿਆ, ਤੁਸੀਂ ਮੇਰੀ ਸੀਟ ਕਿਵੇਂ ਕੈਂਸਲ ਕਰਤੀ ਹੈ। ਉਹ ਇਸ ਲਈ ਤੁਸੀਂ ਕੰਡੀਸ਼ਨਲ ਨਾ ਕਰਦੇ ਹੋ, ਮੈਂ ਕਹਾਂਗੀ ਕਿ ਹਾਂ ਸਟੂਡੈਂਟ ਆਈਲੈਟਸ ਕਰਨ ਤੋਂ ਬਾਅਦ ਹੀ ਆਪਣੀ ਜਿਹੜੀ ਕਿ ਸੀਟ ਹੈ ਉਹ ਬੁੱਕ ਕਰੇ। ਜਦੋਂ ਡਿਫਰੈਂਸ ਦੀ ਆਪਾਂ ਗੱਲ ਕਰਦੇ ਹਾਂ, ਇੱਕ ਬੜੀ ਵਾਰੀ ਆਪਾਂ ਗੱਲ ਕੀਤੀ ਹੈ ਵੀ ਪ੍ਰੋਸੈਸ ਦੇ ਵਿੱਚ ਡਿਫਰੈਂਸ ਹੈ, ਕਾਗਜ਼ ਕਿੰਨੇ ਲੱਗਣੇ ਨੇ ਉਹਦੇ ਵਿੱਚ ਡਿਫਰੈਂਸ ਹੈ, ਕਾਲਜਿਸ ਤੇ ਕੋਰਸਿਸ ਦੇ ਵਿੱਚ ਵੀ ਡਿਫਰੈਂਸ ਹੈ, ਇਹਨਾਂ ਦੇ ਵਿੱਚ ਇਨਟੇਕਸ ਦੇ ਵਿੱਚ ਡਿਫਰੈਂਸ ਹੈ, ਐਸਪੀਪੀ ਨੌਨ ਐਸਪੀਪੀ? ਬਿਲਕੁਲ ਹੈ। ਐਸਪੀਪੀ ਇਨਟੇਕ ਜਿਹੜਾ ਹੈਗਾ ਉਹ ਹੈਗਾ ਸਪਟੈਂਬਰ ਇਨਟੇਕ, ਜਨਵਰੀ ਇਨਟੇਕ ਤੇ ਮਈ ਇਨਟੇਕ। ਤੇ ਮਈ ਦੇ ਵਿੱਚ ਜਿਹੜਾ ਐਸਪੀਪੀ ਕੈਟੇਗਰੀ ਦੇ ਵਿੱਚ ਕਾਫੀ ਘੱਟ ਕੋਰਸਿਸ ਅਵੇਲੇਬਲ ਹੁੰਦੇ ਨੇ, ਤੇ ਜਨਰਲ ਦੇ ਵਿੱਚ ਵੀ ਕਾਫੀ ਘੱਟ ਕੋਰਸਿਸ ਅਵੇਲੇਬਲ ਹੁੰਦੇ ਨੇ। ਜਿਹੜਾ ਮੇਨ ਇਨਟੇਕ ਹੈ ਐਸਪੀਪੀ ਕੈਟੇਗਰੀ ਲਈ ਉਹ ਸਪਟੈਂਬਰ ਇਨਟੇਕ ਹੈ। ਅਗਰ ਜਨਰਲ ਦੀ ਅਸੀਂ ਗੱਲ ਕਰਦੇ, ਜਨਰਲੀ ਤੁਹਾਨੂੰ ਇਨਟੇਕ ਅਵੇਲੇਬਲ ਮਿਲਦੇ ਰਹਿੰਦੇ ਨੇ, ਜਿਵੇਂ ਲਾਸਟ ਜੂਨ ਇਨਟੇਕ ਸੀਗਾ ਤੇ ਹੁਣ ਜਿਵੇਂ ਸਪਟੈਂਬਰ ਆ, ਤੇ ਉਸ ਤੋਂ ਬਾਅਦ ਵੀ ਤੁਹਾਨੂੰ ਨੈਕਸਟ ਇਨਟੇਕ ਮਿਲ ਸਕਦਾ, ਅਕਤੂਬਰ ਨਵੰਬਰ ਦਾ ਇਨਟੇਕ ਮਿਲ ਸਕਦਾ। ਤੇ ਇਹ ਡਿਪੈਂਡ ਕਰਦਾ ਤੁਸੀਂ ਕਿਹੜੇ ਕੋਰਸ ਵਿੱਚ ਜਾ ਰਹੇ ਹੋ, ਕਿਹੜੇ ਕਾਲਜ ਵਿੱਚ ਅਪਲਾਈ ਕਰ ਰਹੇ ਹੋ। ਜਿਹੜੇ ਕਾਲਜਿਸ ਨੇ ਗਵਰਨਮੈਂਟ ਰਿਕੋਗਨਾਈਜ਼ਡ ਕਾਲਜਿਸ ਹੈਗੇ ਨੇ, ਏ ਗ੍ਰੇਡ ਕਾਲਜਿਸ ਨੇ, ਤਾਂ ਕਿ ਬੱਚਿਆਂ ਨੂੰ ਅੱਗੇ ਜਾ ਕੇ ਉਹਨਾਂ ਦੇ ਫਿਊਚਰ ਵਿੱਚ ਪ੍ਰੋਬਲਮ ਨਾ ਆਏ। ਤੇ ਸਟੂਡੈਂਟ ਜਦੋਂ ਅਪਲਾਈ ਕਰਦਾ ਕੈਨੇਡਾ ਜਨਰਲ ਕੈਟੇਗਰੀ ਲਈ, ਚਾਹੇ ਅਪਲਾਈ ਕਰਦਾ, ਮੈਂ ਸਟੂਡੈਂਟਸ ਨੂੰ ਇਹ ਰਿਕੁਐਸਟ ਕਰਾਂਗੀ, ਪਲੀਜ਼ ਤੁਸੀਂ ਇਹ ਵੇਖੋ ਤੁਹਾਡੀ ਐਲੀਜੀਬਿਲਟੀ ਕਿੱਥੇ ਬਣਦੀ ਹੈ। ਐਲੀਜੀਬਿਲਟੀ ਵੇਖ ਕੇ ਅਪਲਾਈ ਕਰਨੀ ਹੈ, ਗੱਲਾਂ ਵਿੱਚ ਨਹੀਂ ਆਉਣਾ, ਆਪਣੀ ਫਰੈਂਡਸ ਦੇ ਨਾਲ ਨਹੀਂ ਆਪਣੇ ਪ੍ਰੋਫਾਈਲ ਦਾ ਕੰਪੈਰੀਜ਼ਨ ਕਰਨਾ ਕਿ ਹਾਂਜੀ ਮੇਰੇ ਫਰੈਂਡ ਨੇ ਇੱਥੋਂ ਅਪਲਾਈ ਕੀਤਾ ਸੀਗਾ, ਉਹਦੀ ਇਹ ਸਟੱਡੀ ਸੀਗੀ। ਤੁਸੀਂ ਇਹ ਵੀ ਵੇਖੋ ਉਹਦਾ ਪ੍ਰੋਫਾਈਲ ਕੀ ਹੈ, ਤੁਹਾਡਾ ਪ੍ਰੋਫਾਈਲ ਸੇਮ ਨਹੀਂ ਹੋਵੇਗਾ, ਤੁਹਾਨੂੰ ਵੇਖਣਾ ਪਏਗਾ ਵੀ ਹਾਂਜੀ ਮੇਰੇ ਪ੍ਰੋਫਾਈਲ ਦੇ ਅਕੋਰਡਿੰਗ ਕਿੱਥੇ ਐਲੀਜੀਬਿਲਟੀ ਬਣ ਰਹੀ ਹੈ, ਉੱਥੇ ਮੈਂ ਅਪਲਾਈ ਕਰਾਂ। ਤੇ ਸਟੂਡੈਂਟ ਜਦੋਂ ਸਾਡੇ ਕੋਲ ਆਉਂਦੇ ਨੇ, ਉਹਨਾਂ ਨੂੰ ਡਿਟੇਲਸ ਦੱਸੀਆਂ ਜਾਂਦੀਆਂ ਨੇ ਕਿ ਤੁਸੀਂ ਇਸ ਕੈਨੇਡਾ ਵਿੱਚ ਇਸ ਕੰਟਰੀ ਵਿੱਚ ਜਾ ਸਕਦੇ ਹੋ, ਇਸ ਕਾਲਜ ਵਿੱਚ ਅਪਲਾਈ ਕਰ ਸਕਦੇ ਹੋ, ਤੇ ਇਹਨਾਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਪਏਗਾ। ਤੇ ਮੈਂ ਪੇਰੈਂਟਸ ਨੂੰ ਵੀ ਰਿਕੁਐਸਟ ਕਰਾਂਗੀ, ਅਗਰ ਤੁਸੀਂ ਸੋਚ ਰਹੇ ਹੋ ਕਿ ਬੱਚਿਆਂ ਨੂੰ ਬਾਹਰ ਪੜ੍ਹਨ ਭੇਜਣਾ ਹੈ, ਤੇ ਆਪਣੇ ਫੰਡਸ ਜਿਹੜੇ ਹੈਗੇ ਨੇ ਉਹਨਾਂ ਦਾ ਧਿਆਨ ਰੱਖੋ। ਕਿਤੇ ਨਾ ਕਿਤੇ ਸਟੂਡੈਂਟ ਕਈ ਵਾਰ ਹੁੰਦਾ ਕਿ ਪੇਰੈਂਟਸ ਇਨਵੈਸਟਮੈਂਟ ਕਰ ਦਿੰਦੇ ਨੇ ਐਂਡ ਕੁਛ ਟਾਈਮ ਬਾਅਦ ਬੱਚੇ ਦਾ ਅਪਲਾਈ ਕਰਨਾ ਹੁੰਦਾ, ਫਿਰ ਫੰਡਸ ਦੀ ਪ੍ਰੋਬਲਮ ਆਉਂਦੀ ਹੈ। ਤੇ ਮੈਂ ਕਹਾਂਗੀ ਤੁਸੀਂ ਆਪਣੇ ਫੰਡਸ ਪਲੀਜ਼ ਧਿਆਨ ਰੱਖੋ। ਇਹ ਘੱਟੋ ਘੱਟ ਬੱਚੇ ਲਈ, ਅਗਰ ਤੁਸੀਂ ਸਟੂਡੈਂਟ ਸੋਚ ਰਹੇ ਹੋ ਕਿ ਮੈਂ ਬੱਚੇ ਨੂੰ ਪੜ੍ਹਨ ਲਈ ਭੇਜਣਾ ਹੈਗਾ, ਤੇ ਇੱਕ ਸਟੂਡੈਂਟ ਦੇ ਪੇਰੈਂਟਸ ਦੇ ਅਕਾਊਂਟ ਦੇ ਵਿੱਚ ਜਾਂ ਉਹਦੇ ਬ੍ਰਦਰ ਦੇ ਅਕਾਊਂਟ ਦੇ ਵਿੱਚ ਘੱਟੋ ਘੱਟ ਜਿਹੜਾ ਕਿ 12 ਤੋਂ 14 ਲੱਖ ਰੁਪਇਆ ਹੋਣਾ ਚਾਹੀਦਾ, ਤੁਸੀਂ ਉਹ ਫੰਡਸ ਦਿਖਾ ਕੇ ਅਪਲਾਈ ਕਰ ਸਕਦੇ ਹੋ। ਬਿਕੋਜ਼ ਜਿਹੜੇ ਇਹ ਫੰਡਸ ਤੁਸੀਂ ਸ਼ੋਅ ਕਰਦੇ ਹੋ, ਇਹਦਾ ਵੀ ਇੱਕ ਰੀਜ਼ਨ ਹੁੰਦਾ ਕਿ ਜਿਹੜਾ ਸਟੂਡੈਂਟ ਇੱਥੋਂ ਪੜ੍ਹਨ ਜਾ ਰਿਹਾ ਉਹਦੇ ਪੇਰੈਂਟਸ ਜਾਂ ਬੱਚੇ ਲਈ ਇੰਨਕ ਅਫੋਰਡ ਕਰ ਸਕਦੇ ਹਨ ਕਿ ਉਹ ਇੰਟਰਨੈਸ਼ਨਲ ਲੈਵਲ ਦੀ ਸਟੱਡੀ ਕਰ ਸਕਦੇ ਨੇ, ਡਾਲਰਸ ਦੀ ਫੀਸ ਜਿਹੜੀ ਪੇ ਕਰ ਸਕਦੇ ਨੇ। ਸੋ ਕਾਫੀ ਚੀਜ਼ਾਂ ਨੇ ਜੀ ਐਸਪੀਪੀ ਤੇ ਨੌਨ ਐਸਪੀਪੀ ਸਮਝਣ ਵਾਲੀਆਂ। ਬੇਸਿਕਲੀ ਕੈਟਾਗਰੀਜ਼ ਦੋਨਾਂ ਹੀ ਗਵਰਨਮੈਂਟ ਦੀਆਂ ਨੇ, ਦੋਨਾਂ ਦੇ ਵਿੱਚ ਹੀ ਬੱਚਿਆਂ ਦੇ ਵੀਜ਼ਾਸ ਆ ਰਹੇ ਨੇ। ਡਿਪੈਂਡ ਕਰਦਾ ਤੁਹਾਡੀ ਪ੍ਰੋਫਾਈਲ ਕਿਹਦੇ ਅਕੋਰਡਿੰਗ ਹੈ, ਤੁਸੀਂ ਕਿਹਦੇ ਵਿੱਚ ਵੀਜ਼ਾ ਅਪਲਾਈ ਕਰ ਸਕਦੇ ਹੋ। ਇਹਦੇ ਵਿੱਚ ਇਹ ਨਹੀਂ ਹੁੰਦਾ ਵੀ ਮੈਂ ਐਸਪੀਪੀ ਨਹੀਂ ਜਾ ਰਿਹਾ ਤਾਂ ਮੈਨੂੰ ਵਧੀਆ ਕਾਲਜ ਨਹੀਂ ਮਿਲੇਗਾ, ਕਈਆਂ ਦੇ ਵੀ ਸਵਾਲ ਰਹਿੰਦੇ ਨੇ। ਸੋ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਇਸ ਚੀਜ਼ ਨੂੰ ਪ੍ਰਮੋਟ ਕਰਦੇ ਨੇ, ਜੇ ਨੌਨ ਐਸਪੀਪੀ ਜਾ ਰਹੇ ਹੋ ਤਾਂ ਕਾਲਜਿਸ ਵਧੀਆ ਨਹੀਂ ਹੋਣਗੇ, ਸਟੱਡੀ ਲੈਵਲ ਵਧੀਆ ਨਹੀਂ ਹੋਏਗਾ? ਇਹ ਬਿਲਕੁਲ ਗਲਤ ਹੈ, ਬਿਲਕੁਲ ਗਲਤ ਧਾਰਨਾ ਹੈ। ਕੈਨੇਡਾ ਦੇ ਵਿੱਚ ਤੁਸੀਂ ਮੈਨੂੰ ਦੱਸੋ ਕਦੋਂ ਸੁਣਿਆ ਤੁਸੀਂ ਕਿ ਕਾਲਜਿਸ ਬਲੈਕਲਿਸਟਿਡ ਹੋ ਗਏ ਜਾਂ ਕਾਲਜਿਸ ਦੇ ਨਾਲ ਸਟੂਡੈਂਟਸ ਨੂੰ ਪ੍ਰੋਬਲਮ ਆਈ ਹੈ? ਅਸੀਂ ਅੱਜ ਤੱਕ ਕਿਵੇਂ ਦੀ ਨਿਊਜ਼ ਨਹੀਂ ਸੁਣੀ ਹੈ? ਤੇ ਮੈਂ ਇਹੀ ਕਹਾਂਗੀ ਕੈਨੇਡਾ ਦੇ ਵਿੱਚ ਜਿਹੜੇ ਕਾਲਜਿਸ ਨੇ ਗਵਰਨਮੈਂਟ ਰਿਕੋਗਨਾਈਜ਼ਡ ਕਾਲਜਿਸ ਹੈਗੇ ਨੇ, ਵਧੀਆ ਕਾਲਜਿਸ ਹੈਗੇ ਨੇ ਜਿੱਥੇ ਐਵੇਂ ਦੀ ਪ੍ਰੋਬਲਮਸ ਨਹੀਂ ਆਉਂਦੀਆਂ ਨੇ। ਕਿੰਨੇ ਟਾਈਮ ਤੋਂ ਅਸੀਂ ਕੈਨੇਡਾ ਜਨਰਲ ਕੈਟੇਗਰੀਜ਼ ਕਰ ਰਹੇ ਹਾਂ, ਅਸੀਂ ਕੈਨੇਡਾ ਜਨਰਲ ਕੈਟੇਗਰੀ ਦੇ ਵਿੱਚ ਅਸੀਂ ਲਾਸਟ ਮੈਂ ਕਹਿ ਸਕਦੀ ਹਾਂ 10 ਤੋਂ 12 ਸਾਲਾਂ ਤੋਂ ਫਾਈਲ ਲੱਗ ਰਹੀਆਂ ਸਟੂਡੈਂਟਸ ਜਾ ਰਹੇ ਨੇ, ਤੇ ਅੱਜ ਤੱਕ ਐਵੇਂ ਦੀ ਕੋਈ ਪ੍ਰੋਬਲਮ ਸਾਨੂੰ ਕੈਨੇਡਾ ਕਾਲਜਿਸ ਦੇ ਨਾਲ ਨਹੀਂ ਆਈ ਹੈ। ਤੇ ਮੈਂ ਇਹ ਕਹਾਂਗੀ ਜਨਰਲ ਕਾਲਜ ਜਨਰਲ ਵਿੱਚ ਆ ਰਹੇ ਹੋ ਚਾਹੇ ਐਸਪੀਪੀ ਦੇ ਵਿੱਚੋਂ ਜਾ ਰਹੇ ਹੋ, ਤੁਹਾਨੂੰ ਜਿਹੜੇ ਕਾਲਜਿਸ ਹੈਗੇ ਨੇ ਗਵਰਨਮੈਂਟ ਰਿਕੋਗਨਾਈਜ਼ਡ ਕਾਲਜਿਸ ਹੀ ਮਿਲਣਗੇ, ਵਧੀਆ ਕਾਲਜਿਸ ਹੀ ਮਿਲਣਗੇ। ਇੱਥੇ ਕਿਤੇ ਵੀ ਡਾਊਟ ਨਹੀਂ ਹੈ ਕਾਲਜ ਨੂੰ ਲੈ ਕੇ। ਅਗਰ ਤੁਸੀਂ ਕੈਨੇਡਾ ਵਿੱਚ ਅਪਲਾਈ ਕਰ ਰਹੇ ਹੋ ਤਾਂ ਕਾਲਜ ਨੂੰ ਲੈ ਕੇ ਕਿਤੇ ਵੀ ਡਾਊਟ ਨਹੀਂ ਹੈ। ਤੁਸੀਂ ਜਦੋਂ ਅਪਲਾਈ ਕਰਦੇ ਹੋ ਤੁਹਾਨੂੰ ਸਾਰੀ ਡਿਟੇਲ ਦੱਸੀ ਜਾਂਦੀ, ਤੁਸੀਂ ਖੁਦ ਵੀ ਨੈਟ ਦੇ ਵਿੱਚ ਕਾਲਜ ਦੀ ਡਿਟੇਲ ਚੈੱਕ ਕਰ ਸਕਦੇ ਹੋ। ਫੀਸ ਸਟਰਕਚਰ ਨੂੰ ਲੈ ਕੇ ਦੋਨਾਂ ਦੇ ਵਿੱਚ ਕਿੰਨਾ ਫਰਕ ਰਹਿੰਦਾ ਐਸਪੀਪੀ ਦਾ ਨੌਨ ਐਸਪੀਪੀ ਚ?
ਫੇਸਿਸ ਮੈਂ ਕਹਾਂਗੀ ਆਲਮੋਸਟਲੀ ਸੇਮ ਹੀ ਹੁੰਦੀਆਂ ਨੇ, ਕਿਤੇ ਵੀ ਥੋੜ੍ਹਾ ਬਹੁਤ ਫਰਕ ਹੁੰਦਾ ਫੇਸਿਸ ਦੇ ਵਿੱਚ, ਅਤੇ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ। ਅਤੇ ਇਹਦੇ ਨਾਲ ਹੀ ਸਟੂਡੈਂਟਸ ਦੀ ਫੀਸ ਕਿੰਨੇ ਦੇ ਡਿਪੈਂਡ ਵੀ ਕਰਦੀ, ਤੁਸੀਂ ਕਿਹੜੇ ਕੋਰਸ ਵਿੱਚ ਜਾ ਰਹੇ ਹੋ, ਕਿਹੜਾ ਕੋਰਸ ਲੈ ਰਹੇ ਹੋ, ਤੁਸੀਂ ਡਿਪਲੋਮਾ ਕੋਰਸ ਲੈ ਰਹੇ ਹੋ, 1 ਸਾਲ ਦਾ ਕੋਰਸ ਲੈ ਰਹੇ ਹੋ, 2 ਸਾਲ ਦਾ ਕੋਰਸ ਲੈ ਰਹੇ ਹੋ, ਜਾਂ ਆਪਣਾ 4 ਸਾਲ ਦੀ ਡਿਗਰੀ ਲੈ ਰਹੇ ਹੋ, ਜਾਂ 3 ਸਾਲ ਦਾ ਕੋਈ ਕੋਰਸ ਲੈ ਕੇ ਜਾ ਰਹੇ ਹੋ, ਅਤੇ ਫੀਸਿਸ ਕਿਤਨਾ ਕਿਤੇ ਕਾਲਜ ਅਤੇ ਕੋਰਸਿਸ 'ਤੇ ਵੀ ਡਿਪੈਂਡ ਕਰਦੀ ਹੈ। ਜਿਹੜੇ ਆਲਰੇਡੀ ਰਿਜੈਕਟਡ ਕੇਸਿਸ ਨੇ, ਜਿਹੜੇ ਦੁਬਾਰਾ ਰੀਅਪਲਾਈ ਕਰਨਾ ਚਾਹੁੰਦੇ ਨੇ, ਕਿਹੜੀਆਂ ਚੀਜ਼ਾਂ ਹੁੰਦੀਆਂ ਜਨਰਲ ਦੇ ਵਿੱਚ ਜਿਹੜੀਆਂ ਧਿਆਨ ਦੇਣ ਯੋਗ ਨੇ, ਜਿਨ੍ਹਾਂ ਦੇ ਇੱਕ ਵਾਰ ਰਿਜੈਕਟ ਹੋ ਗਿਆ ਉਹਨਾਂ ਨੂੰ ਉਹ ਚੀਜ਼ਾਂ ਬਹੁਤ ਜ਼ਰੂਰੀ ਨੇ ਉਹਨਾਂ ਵੱਲ ਧਿਆਨ ਦੇਣਾ? ਅਸੀਂ ਹਮੇਸ਼ਾ ਜਦੋਂ ਸ਼ੋਅ ਦੇ ਵਿੱਚ ਆਉਂਦੀ ਹਾਂ, ਮੈਂ ਜ਼ਰੂਰ ਗੱਲਾਂ ਦੱਸਦੀ ਹਾਂ। ਉਹਦਾ ਰੀਜ਼ਨ ਕੀ ਹੈ, ਇੱਕੋ ਗੱਲ ਮੈਂ ਕਈ ਵਾਰ ਰਿਪੀਟ ਕਰਦੀ ਹਾਂ ਸ਼ੋਅ ਦੇ ਵਿੱਚ 2 ਜਾਂ 3 ਵਾਰ, ਉਹਦਾ ਰੀਜ਼ਨ ਹੈ ਕਿ ਜਦੋਂ ਮੇਰੇ ਕੋਲ ਇੱਕ ਸਟੂਡੈਂਟ ਆਉਂਦਾ ਹੈ, ਅਤੇ ਉਹੀ ਕੁਸ਼ਚਨ ਜਦ ਤੱਕ ਉਹ ਬੰਦ ਨਹੀਂ ਕਰਨਗੇ, ਜਿਹੜੇ ਕੁਸ਼ਚਨ ਮੇਰੇ ਕੋਲ ਆ ਕੇ ਹੁੰਦੇ ਨੇ, ਮੈਂ ਤਦ ਤੱਕ ਇਹ ਜਿਹੜੇ ਕਿ ਗੱਲਾਂ ਨੇ ਰਿਪੀਟ ਕਰਾਂਗੀ, ਅਸੀਂ ਵੀ ਕਿਉਂਕਿ ਤਾਂ ਹੀ ਰਿਪੀਟ ਕਰਦੇ ਕਿ ਸਾਡੇ ਕੋਲ ਬਾਰ ਬਾਰ ਇਹ ਸਵਾਲ ਆਉਂਦੇ ਸਵਾਲ ਨੇ ਇਹ ਆਉਂਦੇ ਨੇ ਅਤੇ ਪੁੱਛੇ ਜਾਂਦੇ ਨੇ, ਅਤੇ ਮੈਂ ਸਟੂਡੈਂਟਸ ਨੂੰ ਇਹੀ ਗੱਲ ਕਹਾਂਗੀ, ਦੇਖੋ ਰਿਫਿਊਜ਼ਲ ਵਾਲੇ ਬੱਚੇ ਨੇ ਜ਼ਰੂਰ ਧਿਆਨ ਰੱਖਣਾ। ਫਸਟ ਮੈਂ ਦੱਸਣਾ ਚਾਹੁੰਦੀ ਹਾਂ, SPP ਕੈਟਾਗਰੀ ਲਈ ਜਦੋਂ ਤੁਸੀਂ ਅਪਲਾਈ ਕਰਦੇ ਹੋ, ਜੋ ਵੀ ਇਨਫੋਰਮੇਸ਼ਨ ਦਿੰਦੇ ਹੋ ਰਿਟਰਨ ਦੇ ਵਿੱਚ ਦਿੰਦੇ ਹੋ, 1% ਅਗਰ ਤੁਹਾਡਾ ਵੀਜ਼ਾ ਨਹੀਂ ਆਉਂਦਾ, ਤਾਂ ਨੈਕਸਟ ਟਾਈਮ ਜਦੋਂ ਤੁਸੀਂ ਚਾਂਸ ਲਓਗੇ ਕੈਨੇਡਾ ਜਨਰਲ ਕੈਟਾਗਰੀ ਵਿੱਚ ਅਪਲਾਈ ਕਰਨ ਦਾ, ਤਾਂ ਤੁਹਾਡੇ ਕੋਲ ਜਿਹੜੀ ਡਿਟੇਲ ਦਿੱਤੀ ਗਈ ਹੈ ਰਿਟਰਨ ਦੇ ਵਿੱਚ, ਉਹਦੇ ਜਿਹੜੇ ਕਿ ਪਰੂਫ ਹੋਣੇ ਚਾਹੀਦੇ ਨੇ, ਅਤੇ ਉਹਨਾਂ ਪਰੂਫਸ ਦੇ ਲਈ ਤੁਹਾਨੂੰ ਇਨਫੋਰਮੇਸ਼ਨ ਆਪਣੇ ਕੋਲ ਸਹੀ ਦੇਣੀ ਹੈ, ਤਾਂ ਹੀ ਤੁਸੀਂ ਆਪਣੇ ਪਰੂਫ ਕੱਲ੍ਹ ਨੂੰ ਲਾ ਪਾਓਗੇ। ਇਗਜ਼ਾਮਪਲ ਜਿਵੇਂ ਤੁਸੀਂ ਆਪਣੀ ਇਨਕਮ ਲਿਖਾਓਗੇ ਕਿ ਮੇਰੀ ਮੰਥ ਜਿਹੜੀ ਕਿ 1 ਸਾਲ ਦੀ ਇਨਕਮ 4 ਲੱਖ ਰੁਪਇਆ ਹੈ, ਔਰ ਤੁਸੀਂ ਲਿਖਵਾ ਰਹੇ ਹੋ ਕਿ 5 ਲੱਖ ਰੁਪਏ ਇਨਕਮ ਹੈ ਮੇਰੀ, ਕੱਲ੍ਹ ਨੂੰ ਜਦੋਂ ਕੈਨੇਡਾ ਲਈ ਤੁਸੀਂ ਅਪਲਾਈ ਕਰੋਗੇ ਜਨਰਲ ਕੈਟੇਗਰੀ ਦੇ ਵਿੱਚ, ਤਾਂ ਤੁਹਾਨੂੰ ਉਹ ਪਰੂਫ ਦਿਖਾਉਣਾ ਪਏਗਾ। ਅਗਰ ਐਕਚੁਅਲ ਇਨਕਮ ਤੁਹਾਡੀ 3 ਲੱਖ ਹੋਈ, ਤੁਸੀਂ ਲਿਖਾ ਕੇ 5 ਲੱਖ ਆ ਗਏ ਹੋ, ਅਤੇ ਉਹ 5 ਲੱਖ ਦਾ ਪਰੂਫ ਕਿਵੇਂ ਦਿਖਾ ਪਾਓਗੇ? ਅਤੇ ਉੱਥੇ ਤੁਹਾਨੂੰ ਪ੍ਰੋਬਲਮ ਕ੍ਰੀਏਟ ਹੋਏਗੀ। ਤੁਸੀਂ ਇਸ ਲਈ ਜੋ ਵੀ ਇਨਫੋਰਮੇਸ਼ਨ ਦੇਣੀ ਹੈ ਸਹੀ ਇਨਫੋਰਮੇਸ਼ਨ ਦੇਣੀ ਹੈ SPP ਦੇ ਅੰਡਰ। ਦੂਜੀ ਗੱਲ, ਜਦੋਂ ਤੁਹਾਡੀ ਰਿਫਿਊਜ਼ਲ ਆ ਜਾਂਦੀ ਹੈ, ਰਿਫਿਊਜ਼ਲ ਲੈਟਰ ਜ਼ਰੂਰ ਨਾਲ ਲੈਣੀ ਹੈ। ਉਸ ਰਿਫਿਊਜ਼ਲ ਦਾ ਕਾਰਨ ਕੀ ਆਇਆ ਉਹਨੂੰ ਸਮਝਣਾ ਹੈ, ਉਸ ਰਿਫਿਊਜ਼ਲ ਦੇ ਲੈਟਰ ਦੇ ਕਾਰਨ ਨੂੰ ਸਮਝ ਕੇ ਹੀ ਅਪਲਾਈ ਕਰਨਾ ਹੈ। ਸਮਝ ਕੇ ਅਪਲਾਈ ਕਰਨ ਦਾ ਮਤਲਬ ਹੈ ਕਿ ਜਿਹੜੀ ਰਿਫਿਊਜ਼ਲ ਆਈ ਹੈ ਉਸ ਦੀ ਕਾਟ ਕਰਦੇ ਹੋਏ ਤੁਸੀਂ ਦੁਬਾਰਾ ਅਪਲਾਈ ਕਰਨਾ ਹੈ, ਤਾਂ ਕਿ ਤੁਹਾਡਾ ਵੀਜ਼ਾ ਆ ਸਕੇ। ਥਰਡ, ਜਿਹੜੇ ਬੱਚਿਆਂ ਦੇ ਰਿਫਿਊਜ਼ਲ ਆਏ ਹੋਏ ਨੇ, ਉਹ ਪਲੀਜ਼ ਹਾਈਡ ਨਾ ਕਰਨ। ਚਾਹੇ ਰਿਫਿਊਜ਼ਲ 2 ਵਾਰ ਆ ਗਿਆ, ਚਾਹੇ 3 ਵਾਰ ਆ ਗਿਆ, ਤੁਸੀਂ ਸਹੀ ਦੱਸਣਾ ਹੈ, ਕੰਸਲਟੈਂਟ ਨੂੰ ਸੱਚ ਬੋਲਣਾ ਹੈ, ਅਤੇ ਉਹਨਾਂ ਰਿਫਿਊਜ਼ਲ ਲੈਟਰਸ ਦੇ ਨਾਲ ਹੀ ਦੁਬਾਰਾ ਅਪਲਾਈ ਕਰਨਾ, ਕਿਉਂਕਿ ਐਮਬੈਸੀ ਆਫਿਸਰ ਕੋਲ ਤੁਹਾਡੀ ਪੂਰੀ ਡਿਟੇਲ ਹੁੰਦੀ ਹੈ। ਕਿਤੇ ਵੀ ਤੁਸੀਂ ਕੁਛ ਵੀ ਹਿਡਨ ਨਹੀਂ ਕਰ ਸਕਦੇ ਹੋ, ਅਤੇ ਇਹ ਤੁਸੀਂ ਅਗਰ ਹਿਡਨ ਕਰੋਗੇ ਤਾਂ ਜੈਨੂਇਨ ਸਟੂਡੈਂਟ ਲੱਗੋਗੇ। ਤੇ ਜਿਹੜੇ ਰਿਜੈਕਟਡ ਕੇਸਿਸ ਰੀਅਪਲਾਈ ਹੁੰਦੇ ਨੇ, ਉਹਨਾਂ 'ਚ ਹਰ ਇੱਕ ਦੇ ਕੈਪਸ ਨੋਟ ਦੀ ਲੋੜ ਪੈਂਦੀ ਹੈ? ਨਹੀਂ, ਕੁਛ ਜਿੰਨਾ ਜਿੱਥੇ ਰਿਫਿਊਜ਼ਲ ਸਾਨੂੰ ਸਮਝ ਨਹੀਂ ਆ ਰਹੀ ਹੈ, ਜਿੱਥੇ ਸਟੂਡੈਂਟ ਕਨਫਿਊਜ਼ ਹੁੰਦਾ ਉੱਥੇ ਉਹਨੂੰ ਲੋੜ ਪੈਂਦੀ ਹੈ। ਮੇਰੇ ਕੋਲ ਕੁਛ ਐਵੇਂ ਦੇ ਸਟੂਡੈਂਟਸ ਆਏ ਸੀ ਕਿ ਮੈਮ ਅਸੀਂ ਬਹੁਤ ਕਨਫਿਊਜ਼ ਹਾਂ, ਸਾਡੇ ਆਪਣੇ ਕੰਸਲਟੈਂਟ ਸਾਨੂੰ ਨਹੀਂ ਦੱਸ ਸਕੇ ਕਿ ਰਿਫਿਊਜ਼ਲ ਕਿਉਂ ਆਈ ਹੈ, ਤੁਸੀਂ ਪਲੀਜ਼ ਦੱਸੋ ਇਸਦਾ ਕਾਰਨ ਕੀ ਸੀਗਾ। ਕਿਤੇ ਕਿਤੇ ਹੁੰਦਾ ਸਮ ਟਾਈਮ ਤੁਹਾਡਾ ਰਿਫਿਊਜ਼ਲ ਜਿਹੜਾ ਕਿ ਲੱਗ ਜਾਂਦਾ ਕਿ ਹਾਂਜੀ ਕਿਸੇ ਵੀ ਹੋਰ ਰੀਜ਼ਨ ਕਰਕੇ, ਅਸੀਂ ਉਹਦੇ ਵਿੱਚ ਐਮਬੈਸੀ ਆਫਿਸਰ ਨਾਲ ਕੁਸ਼ਚਨ ਨਹੀਂ ਕਰ ਸਕਦੇ। ਪਰ ਸਮ ਟਾਈਮਸ ਕੀ ਹੁੰਦਾ ਕਿ ਜਦੋਂ ਅਸੀਂ ਦੇਖਦੇ ਹਾਂ ਰਿਫਿਊਜ਼ਲ ਲੈਟਰ, ਸਟੂਡੈਂਟ ਕਹਿੰਦੇ ਕਿ ਮੈਮ ਮੈਂ ਤਾਂ ਮੈਥ ਸੀਗਾ ਮੇਰੇ ਕੋਲ, ਅਤੇ ਮੈਂ ਇੱਕ ਕੋਰਸ ਲਿੱਤਾ ਜਿਹਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਮੰਗੀ ਗਈ ਸੀ, ਅਤੇ ਮੇਰੀ ਰਿਫਿਊਜ਼ਲ ਫਿਰ ਕੋਰਸ ਕਰਕੇ ਆ ਗਈ ਹੈ, ਅਤੇ ਇੱਥੇ ਤਾਂ ਸਾਨੂੰ ਕੋਈ ਆਂਸਰ ਹੀ ਨਹੀਂ ਮਿਲ ਰਿਹਾ, ਅਸੀਂ ਉਸ ਕਾਲਜ ਨੂੰ ਚੈੱਕਆਊਟ ਕਰਦੇ ਹਾਂ, ਉਸ ਕੋਰਸ ਨੂੰ ਕੱਢਦੇ ਹਾਂ, ਉਹਦਾ ਪ੍ਰੋਸਪੈਕਟਸ ਮੈਂ ਚੈੱਕ ਕਰਦੀ ਹਾਂ, ਐਂਡ ਦੈਨ ਮੈਂ ਸਟੂਡੈਂਟ ਨੂੰ ਦਿਖਾਉਂਦੀ ਹਾਂ ਕਿ ਹਾਂਜੀ ਆਹ ਦੇਖੋ ਤੁਹਾਡੇ ਮੈਥ ਵਿੱਚ ਮੰਗੇ ਸੀਗੇ ਇਹਨਾਂ ਨੇ 60% ਤੋਂ ਬਾਅਦ, ਤੁਹਾਡੇ ਕੋਲ ਮੈਥ ਤਾਂ ਸੀਗਾ ਪਰ 60% ਤੋਂ ਬਾਅਦ ਨਹੀਂ ਸੀਗੇ, ਇਸ ਲਈ ਤੁਹਾਡੀ ਰਿਫਿਊਜ਼ਲ ਆ ਗਈ ਹੈ। ਮਤਲਬ ਛੋਟੀ ਛੋਟੀ ਟੈਕਨੀਕਲਟੀਜ਼ ਵੱਲ ਧਿਆਨ ਦੇਣਾ ਚਾਹੀਦਾ, ਇਹ ਵੀ ਧਿਆਨ ਦੇਣਾ ਪੈਂਦਾ। ਸਮ ਟਾਈਮ ਸਟੂਡੈਂਟ ਕਹਿੰਦਾ ਕਿ ਮੈਥ ਵਿੱਚ ਮੇਰੇ 60% ਤੋਂ ਬਾਅਦ ਸੀਗੇ ਮੈਮ, ਤਾਂ ਵੀ ਰਿਫਿਊਜ਼ਲ ਆ ਗਈ ਹੈ, ਕਿਉਂਕਿ ਉਹਨਾਂ ਨੇ 60% ਤੋਂ ਬਾਅਦ ਮੈਥ ਤੇ ਇੰਗਲਿਸ਼ ਦੋਨਾਂ ਵਿੱਚ ਮੰਗੇ, ਦੋਨਾਂ 'ਚ ਮੰਗੇ ਤੇ ਦੋਨਾਂ ਵਿੱਚ ਨਹੀਂ ਸੀਗੇ। ਇਹ ਐਕਸਪਰਟਾਈਜ਼ ਦੇ ਨਾਲ ਹੀ ਚੀਜ਼ਾਂ ਆਉਂਦੀਆਂ, ਜਦੋਂ ਐਕਸਪੀਰੀਅੰਸ ਦੇ ਨਾਲ ਹੀ ਐਕਸਪਰਟਾਈਜ਼ ਹੁੰਦੀ ਹੈ, ਉਹਦੇ ਨਾਲ ਆ ਚੀਜ਼ਾਂ ਪਤਾ ਲੱਗਦੀਆਂ। ਤਾਂ ਹੀ ਕਹਿੰਦੇ ਆ ਕੰਸਲਟੈਂਟ ਬਹੁਤ ਧਿਆਨ ਨਾਲ ਚੂਜ਼ ਕਰਿਓ ਜਿਹਨੂੰ ਐਕਸਪੀਰੀਅੰਸ ਹੋਵੇ, ਜਿਹਨੇ ਤੁਹਾਡੀ ਫਾਈਲ ਰੀਪ੍ਰਜੈਂਟ ਕਰਨੀ ਹੈ।
ਜਸਲੀਨ ਦੀ ਟੀਮ ਵੱਲੋਂ ਕੋਈ ਤੁਹਾਨੂੰ ਕਾਉਂਸਲਿੰਗ ਚਾਹੀਦੀ ਹੈ, ਨੰਬਰ ਚੱਲ ਰਹੇ ਨੇ, ਉੱਤੇ ਕਾਲ ਕਰਕੇ ਲੈ ਸਕਦੇ ਹੋ। ਜਸਲੀਨ, ਜਿਹੜੇ ਰਿਜੈਕਟ ਹੋ ਚੁੱਕੇ ਨੇ, ਕੀ GIC ਵਾਪਸ ਮੰਗਾ ਲੈਣਗੀਆਂ? ਉਹਦੇ ਨਾਲ ਹੀ ਅਪਲਾਈ ਹੋ ਜਾਏਗਾ? ਨਹੀਂ, GIC ਨਾਲ ਹੀ ਤੁਹਾਡਾ ਦੁਬਾਰਾ ਅਪਲਾਈ ਹੋ ਜਾਏਗਾ। ਤੇ ਜਦੋਂ ਵੀ ਸ਼ੋਅ ਦੇ ਵਿੱਚ ਆਉਂਦੀਆਂ, ਮੈਂ ਗੱਲਾਂ ਕਰਦੀ ਹਾਂ ਸਟੂਡੈਂਟਸ ਦੇ ਅਕੈਡਮਿਕ ਡਾਕੂਮੈਂਟਸ ਬਾਰੇ, ਉਹਨਾਂ ਦੇ ਕੋਰਸਿਸ ਬਾਰੇ, ਕਾਲਜਸ ਬਾਰੇ, ਕਿਉਂਕਿ ਮੈਨੂੰ ਲੱਗਦਾ ਸਟੂਡੈਂਟਸ ਨੂੰ ਇਹੀ ਇਨਫੋਰਮੇਸ਼ਨ ਚਾਹੀਦੀ ਹੈ। ਕਿਤਨਾ ਕਿਤੇ ਸਟੂਡੈਂਟ ਨੂੰ ਜਿਹੜਾ ਕਿ ਮੈਂ ਕਿਤੇ ਵੀ ਇਹਨਾਂ ਗੱਲਾਂ ਵੱਲ ਹੀ ਧਿਆਨ ਰੱਖਣਾ ਚਾਹੀਦਾ ਹੈ, ਜਿਹੜੀ ਉਹਦੀ ਫਾਈਲ ਲੱਗਣੀ ਹੈ ਉਹਨੂੰ ਉਸ ਫਾਈਲ ਦੇ ਅਕੋਰਡਿੰਗ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ। ਉਸ ਫਾਈਲ ਦੇ ਅਕੋਰਡਿੰਗ ਉਹਨੂੰ ਸਾਰੀ ਇਨਫੋਰਮੇਸ਼ਨ ਦੇਣਾ, ਸਾਡਾ ਇਸ ਸ਼ੋਅ ਦੇ ਵਿੱਚ ਆ ਕੇ ਦੱਸਣਾ ਜ਼ਰੂਰੀ ਹੈਗਾ, ਤਾਂ ਕਿ ਬੱਚੇ ਅਵੇਅਰ ਹੋਣ। ਇੱਕ ਹੋਰ ਵੀ ਜ਼ਰੂਰੀ ਕੰਮ ਜਿਹੜਾ ਅਸੀਂ ਹਮੇਸ਼ਾ ਕਰਦੇ ਹਾਂ, ਉਹਦਾ ਸਮਾਂ ਹੋ ਚੁੱਕਿਆ, ਤੁਹਾਨੂੰ ਸਕਸੈਸ ਸਟੋਰੀਜ਼ ਦਿਖਾਉਣਾ ਚਾਹੁੰਦੇ ਹਾਂ ਪਲੈਨਟ ਬੋਸ ਦੀਆਂ, ਤਾਂ ਕਿ ਉਹ ਸਕਸੈਸ ਸਟੋਰੀਜ਼ ਥਰੂ ਤੁਹਾਨੂੰ ਕਾਫੀ ਤੁਹਾਡੇ ਸਵਾਲਾਂ ਜਵਾਬ ਮਿਲ ਜਾਂਦੇ ਆ, ਕਿਉਂਕਿ ਪ੍ਰੋਫਾਈਲਸ ਕਾਫੀ ਮਿਲਦੀਆਂ ਜੁਲਦੀਆਂ ਹੁੰਦੀਆਂ। ਸੋ ਕੁਝ ਸਕਸੈਸ ਸਟੋਰੀ ਤੁਹਾਡੇ ਅੱਗੇ ਸਾਂਝੀ ਕਰਨਾ ਚਾਹੁੰਦੇ ਹਾਂ, ਮਿਲਦੇ ਹਾਂ ਕੁਝ ਬੱਚਿਆਂ ਨੂੰ। ਮੇਰਾ ਨਾਮ ਗੁਰਿੰਦਰ ਸਿੰਘ ਆ, ਮੈਂ ਫਤਿਹਗੜ੍ਹ ਸਾਹਿਬ ਤੋਂ, ਅਤੇ 2016 'ਚ ਮੈਂ BSc ਪਾਸ ਕੀਤੀ ਸੀਗੀ, ਅਤੇ ਮੇਰੇ 5.5 ਬੈਂਡ ਆਏ ਸੀਗੇ, ਅਤੇ ਮੈਂ ਟੀ ਵੀ 'ਤੇ ਦੇਖਿਆ ਪਲੈਨਟਸ ਬੁਲਸਾਂ ਦੀ ਐਡ, ਅਤੇ ਫਿਰ ਮੈਂ ਇਹਨਾਂ ਨਾਲ ਕੰਸਰਨ ਕੀਤਾ, ਅਤੇ ਇਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਵੀ ਤੁਸੀਂ ਸਾਡੇ ਤੋਂ ਵੀਜ਼ਾ ਲਵਾਓ, ਤੁਹਾਡਾ ਵੀਜ਼ਾ ਕਨਫਰਮ ਹੈ, ਅਤੇ ਮੈਂ ਇਹਨਾਂ ਤੋਂ ਫਾਈਲ ਲਾਈ, ਸੋ ਮੇਰਾ ਵੀਜ਼ਾ ਆ ਗਿਆ, ਤੁਸੀਂ ਦੇਖ ਸਕਦੇ ਹੋ। ਥੈਂਕ ਯੂ ਫੋਰ ਟੀਮ, ਐਂਡ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਆ, ਅਤੇ ਮੈਂ ਸਾਰਿਆਂ ਨੂੰ ਐਡਵਾਈਸ ਦਿੰਦਾ ਵੀ ਤੁਸੀਂ ਇਹਨਾਂ ਤੋਂ ਵੀਜ਼ਾ ਲਵੋ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਹਰਜੀਤ ਸਿੰਘ, ਮੈਂ ਅੰਮ੍ਰਿਤਸਰ ਤੋਂ ਹਾਂ। ਮੈਂ 2015 ਵਿੱਚ +2 ਪਾਸ ਆਊਟ ਕੀਤੀ ਸੀ, ਅਤੇ ਮੇਰੇ ਆਈਲੈਟਸ ਦੇ ਵਿੱਚ 5.5 ਬੈਂਡ ਨੇ। ਮੈਂ ਬਹੁਤ ਸਾਰੇ ਏਜੰਟਾਂ ਦੇ ਕੋਲ ਗਿਆ, ਪਰ ਕਿਸੇ ਨੇ ਵੀ ਮੇਰੀ ਫਾਈਲ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਦਾ ਕਹਿਣਾ ਸੀ ਕਿ 5.5 'ਤੇ ਕੈਨੇਡਾ ਦਾ ਵੀਜ਼ਾ ਨਹੀਂ ਲੱਗ ਸਕਦਾ, ਪਰ ਇੱਦਾਂ ਹੀ ਸਬੱਬੀ ਮੈਂ TV ਉੱਤੇ ਪਲੈਨਟ ਬੁਲਸ ਵਾਲਿਆਂ ਦੀ ਐਡ ਦੇਖੀ, ਅਤੇ ਇਹ ਐਡ ਦੇਖ ਕੇ ਮੈਂ ਆਪਣੇ ਪੇਰੈਂਟਸ ਦੇ ਨਾਲ ਇਹਨਾਂ ਕੋਲ ਅਪਰੋਚ ਕੀਤਾ, ਅਤੇ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ। ਪਲੈਨਟ ਬੁਲਸ ਵਾਲਿਆਂ ਨੇ ਬਹੁਤ ਵਧੀਆ ਸਰਵਿਸ ਦਿੱਤੀ, ਇਹਨਾਂ ਮੈਨੂੰ ਯਕੀਨ ਦਵਾਇਆ ਕਿ ਤੁਹਾਡਾ 5.5 ਬੈਂਡ 'ਤੇ ਕੈਨੇਡਾ ਦਾ ਵੀਜ਼ਾ ਲੱਗ ਸਕਦਾ ਹੈ। ਇਹਨਾਂ ਦੀ ਸਰਵਿਸ ਬਹੁਤ ਵਧੀਆ ਸੀ, ਇਹਨਾਂ ਨੇ ਜਿਉਂ ਕਿਹਾ ਸਾਰਾ ਲੀਗਲ ਤਰੀਕੇ ਦੇ ਨਾਲ ਕਾਰਵਾਈ ਕਰਕੇ ਮੇਰਾ 5.5 'ਤੇ ਵੀਜ਼ਾ ਕੈਨੇਡਾ ਦਾ ਲਗਵਾ ਦਿੱਤਾ। ਮੇਰੇ ਵੀਰ ਭਰਾ ਜਿਨ੍ਹਾਂ ਦੇ 5.5 ਬੈਂਡ ਨੇ, ਉਹ ਨਿਰਾਸ਼ ਨਾ ਹੋਣ, ਅਤੇ ਇੱਕ ਵਾਰ ਆ ਕੇ ਇਹਨਾਂ ਕੋਲ ਜ਼ਰੂਰ ਅਪਰੋਚ ਕਰ। ਸਤਿ ਸ਼੍ਰੀ ਅਕਾਲ ਦੋਸਤੋ, ਮੇਰਾ ਨਾਮ ਜਸਨਪ੍ਰੀਤ ਸਿੰਘ ਹੈ, ਅਤੇ ਮੈਂ ਲੁਧਿਆਣੇ ਤੋਂ ਹਾਂ। ਮੈਂ 2015 ਦੇ ਵਿੱਚ ਆਪਣੀ +2 ਪਾਸ ਆਊਟ ਕੀਤੀ ਸੀ, ਅਤੇ ਉਸ ਤੋਂ ਬਾਅਦ ਮੈਂ ਆਈਲੈਟਸ ਕੀਤੀ, ਅਤੇ ਆਈਲੈਟਸ ਦੇ ਵਿੱਚ ਮੈਨੂੰ 5.5 ਬੈਂਡ ਆਏ, ਅਤੇ ਉਸ ਤੋਂ ਬਾਅਦ ਮੈਂ ਕਾਫੀ ਕੰਸਲਟੈਂਟਸ ਨੂੰ ਮਿਲਿਆ, ਪਰ ਕਿਸੇ ਨੇ ਵੀ ਮੇਰੀ ਫਾਈਲ ਲੈਣ ਤੋਂ ਮਨਾ ਕਰਤਾ। ਉਸ ਤੋਂ ਬਾਅਦ ਮੈਂ ਪਲੈਨਟਸ ਬੁਲਸ ਦੀ TV 'ਤੇ ਐਡ ਦੇਖੀ, ਅਤੇ ਮੈਂ ਇਹਨਾਂ ਨੂੰ ਆ ਕੇ ਮਿਲਿਆ, ਅਤੇ ਇਹਨਾਂ ਨੇ ਮੈਨੂੰ ਯਕੀਨ ਦਵਾਇਆ ਕਿ ਮੇਰਾ 5.5 'ਤੇ ਕੈਨੇਡਾ ਦਾ ਵੀਜ਼ਾ ਲੱਗ ਸਕਦਾ ਹੈ। ਅਤੇ ਉਸ ਤੋਂ ਬਾਅਦ ਮੈਂ ਆਪਣੇ ਡਾਕੂਮੈਂਟ ਇਹਨਾਂ ਨੂੰ ਦਿੱਤੇ, ਅਤੇ ਇਹਨਾਂ ਨੇ ਮੈਨੂੰ ਬਹੁਤ ਵਧੀਆ ਸਰਵਿਸ ਦਿੱਤੀਆਂ, ਅਤੇ ਅੱਜ ਮੇਰਾ ਕੈਨੇਡਾ ਦਾ ਵੀਜ਼ਾ ਆ ਗਿਆ ਹੈ। ਅਤੇ ਜਿਨ੍ਹਾਂ ਦੇ 5.5 ਬੈਂਡ ਹਨ, ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਉਹ ਇੱਕ ਵਾਰ ਆ ਕੇ ਇਹਨਾਂ ਨੂੰ ਜ਼ਰੂਰ ਮਿਲਣ। ਹੈਲੋ ਫਰੈਂਡਸ, ਮੇਰਾ ਨਾਮ ਮਨਪ੍ਰੀਤ ਕੌਰ, ਮੈਂ ਫਰੀਦਕੋਟ ਡਿਸਟ੍ਰਿਕਟ ਤੋਂ। ਮੈਂ ਪਲੈਨਟ ਬੁਲਸ ਦੀ ਐਡ ਦੇਖੀ TV 'ਤੇ, ਔਰ ਮੈਂ ਕਈ ਫਰੈਂਡਸ ਨੂੰ ਵੀ ਮਿਲੀ। ਉਸ ਤੋਂ ਬਾਅਦ ਮੈਂ ਇਹਨਾਂ ਨੂੰ ਕਾਲ ਕੀਤੀ ਔਰ ਪੁੱਛਿਆ। ਮੇਰੇ ਇੱਕ ਮੋਡਿਊਲ 'ਚੋਂ 5 ਬੈਂਡ ਸੀ ਔਰ ਓਵਰਆਲ 6 ਸੀ। 2 ਸਾਲ ਦਾ ਗੈਪ ਸੀ ਮੇਰੀ ਸਟੱਡੀ 'ਚ, ਔਰ ਨੋਨ ਮੈਡੀਕਲ ਨਾਲ ਮੈਂ +2 ਕੀਤੀ ਸੀ। ਬਾਅਦ 'ਚ ਮੈਂ ਇਹਨਾਂ ਨੂੰ ਮਿਲੀ ਔਰ ਇਹਨਾਂ ਤੋਂ ਪੁੱਛਿਆ ਕਿ ਮੇਰਾ ਵੀਜ਼ਾ ਲੱਗ ਸਕਦਾ। ਇਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਕਿ ਹਾਂਜੀ, ਤੁਹਾਡਾ ਵੀਜ਼ਾ ਲੱਗ ਸਕਦਾ 2 ਸਾਲ ਦੇ ਗੈਪ ਬਾਅਦ ਵੀ। ਬਟ ਇਹਨਾਂ ਨੇ ਇਹ ਵੀ ਕਿਹਾ ਕਿ SPP ਕੈਟਾਗਰੀ 'ਚ ਨਹੀਂ ਤੁਹਾਡਾ ਫਾਈਲ ਲੱਗ ਸਕਦੀ। ਤਾਂ ਇਹਨਾਂ ਨੇ ਨੋਨ SPP ਕੈਟਾਗਰੀ 'ਚ ਮੇਰੀ ਫਾਈਲ ਲਾਈ। ਇਸ ਤੋਂ ਬਾਅਦ ਅੱਜ ਮੈਂ ਆਪਣਾ ਵੀਜ਼ਾ
ਲੈ ਚੁੱਕੀ ਹਾਂ। ਫਰੈਂਡਸ, ਜਦੋਂ ਜੇ ਵੀ ਤੁਹਾਡੀ 2 ਸਾਲ ਦਾ ਗੈਪ ਹੈ ਜਾਂ ਤੁਹਾਡੇ ਕਿਸੇ ਵੀ ਮਡਿਊਲ 'ਚੋਂ ਘੱਟ ਬੈਂਡ ਸਕੋਰ ਹੈ ਤਾਂ ਪਲੀਜ਼ ਤੁਸੀਂ ਆ ਕੇ ਇਹਨਾਂ ਨੂੰ ਮਿਲੋ ਅਤੇ ਇਹਨਾਂ ਨਾਲ ਕੰਸਲਟ ਕਰੋ, ਤੁਹਾਡਾ ਵੀ ਵੀਜ਼ਾ ਲੱਗ ਸਕਦਾ। ਥੈਂਕ ਯੂ। ਹੈਲੋ, ਮਾਈ ਨੇਮ ਇਜ਼ ਪ੍ਰਦੀਪ ਸਿੰਘ, ਆਈ ਐਮ ਫਰੋਮ ਬਟਾਲਾ। ਆਈ ਹੈਡ ਕੰਪਲੀਟ ਮਾਈ ਪਲੱਸ ਟੂ ਇਨ 2014, ਦੈਨ ਆਈ ਅਪਲਾਈ ਫੋਰ ਆਸਟ੍ਰੇਲੀਆ ਐਂਡ ਨਿਊਜ਼ੀਲੈਂਡ। ਮਾਈ ਕੇਸ ਇਜ਼ ਟੂ ਆਈ ਐਮ ਰਿਫਿਊਜ਼ ਫਸਟ ਟਾਈਮ ਫਰੋਮ ਆਸਟ੍ਰੇਲੀਆ ਐਂਡ ਸੈਕਿੰਡ ਟਾਈਮ ਫਰੋਮ ਨਿਊਜ਼ੀਲੈਂਡ। ਦੈਨ ਆਈ ਗੋ ਟੂ ਮੈਨੀ ਕੰਸਲਟੈਂਟਸ ਐਂਡ ਦੇ ਗੇ ਸੁਜੈਸਟ ਟੂ ਮੀ ਟੂ ਗਿਵ ਆਈਲੈਟਸ ਟੈਸਟ ਅਗੇਨ, ਬਟ ਪਲੈਨਰਸ ਗੁਡ ਕੰਪਨੀ ਗਿਵ ਮੀ ਅ ਸੁਜੈਸ਼ਨ, ਦੈਨ ਯੂ ਆਰ ਅਪਲਾਈਡ ਯੂਅਰ ਕੇਸ ਇਨ ਜਨਰਲ ਕੈਟਾਗਰੀ ਐਂਡ ਯੂ ਆਰ ਗੈਟਿੰਗ ਅ ਵੀਜ਼ਾ। ਸੋ ਵਿਦ ਦੀ ਹੈਲਪ ਆਫ ਪਲੈਨਰ ਗੁਡ ਕੰਪਨੀ ਆਈ ਗੋਟ ਅ ਕੈਨੇਡਾ ਵੀਜ਼ਾ ਟੂਡੇ। ਸੋ ਆਈ ਐਮ ਵੈਰੀ ਵੈਰੀ ਸੋ ਆਈ ਐਮ ਵੈਰੀ ਹੈਪੀ ਟੂਡੇ, ਦੈਨ ਮਾਈ ਵੀਜ਼ਾ ਇਨ ਮਾਈ ਹੈਂਡ। Many of my friends and other students are confused. They have a 5.5 band and they do not applied for a SPP category. I suggest to them you are applied in a journal case. You are getting your visa. So please come here in a Planner's Gold company and get your visa and make your degree dream success. Hello friends, mera naam hai Ramandeep Kaur and main ਸੰਗਰੂਰ ਤੋਂ ਬਿਲੋਂਗ ਕਰਦੀ ਹਾਂ। ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦੇ ਹੋਏ ਬੜੀ ਖੁਸ਼ ਫੀਲ ਕਰ ਰਹੀ ਹਾਂ ਕਿ ਮੇਰਾ ਕੈਨੇਡਾ ਦਾ ਵੀਜ਼ਾ ਆ ਚੁੱਕਿਆ ਹੈ ਅਤੇ ਮੈਂ ਆਪਣੇ ਕੈਨੇਡਾ ਦੀ ਫਾਈਲ ਪਲੈਨਟ ਬੁਲਸ ਤੋਂ ਅਪਲਾਈ ਕੀਤੀ ਸੀ। ਮੈਨੂੰ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਤੇਰੇ 5.5 ਬੈਂਡਸ ਆਏ ਹੈ ਐਂਡ ਤੇਰਾ 1 ਸਾਲ ਦਾ ਗੈਪ ਵੀ ਹੋ ਚੁੱਕਿਆ ਅਤੇ ਰਿਫਿਊਜ਼ਲ ਚਾਂਸਿਸ ਜ਼ਿਆਦਾ ਹੁੰਦੇ ਨੇ, ਬਟ ਮੈਂ ਇਹਨਾਂ ਦੇ ਉੱਤੇ ਟਰੱਸਟ ਕਰਕੇ ਆਈ। ਜੋ ਵੀ ਸਾਰੇ ਇਹਨਾਂ ਦੇ ਕੁਲੀਗਸ ਨੇ ਬਹੁਤ ਹੀ ਜ਼ਿਆਦਾ ਵਧੀਆ ਨੇ, ਸਾਰਿਆਂ ਨੇ ਬਹੁਤ ਜ਼ਿਆਦਾ ਕੋਪਰੇਟ ਕੀਤਾ ਅਤੇ ਮੈਨੂੰ ਵਿਸ਼ਵਾਸ ਦਵਾਇਆ ਕਿ ਤੁਸੀਂ ਡੈਫੀਨੇਟਲੀ ਕੈਨੇਡਾ ਦਾ ਵੀਜ਼ਾ ਲੈ ਸਕਦੇ ਹੋ। ਅਤੇ ਹੁਣ ਤੁਸੀਂ ਦੇਖ ਸਕਦੇ ਹੋ ਕਿ ਮੈਨੂੰ ਕੈਨੇਡਾ ਦਾ ਵੀਜ਼ਾ ਮਿਲ ਚੁੱਕਿਆ ਹੈ ਵਿਦਆਊਟ ਐਨੀ ਰਿਫਿਊਜ਼ਲ, ਬਿਨਾਂ ਕਿਸੇ ਪਰੇਸ਼ਾਨੀ ਤੋਂ। ਮੈਨੂੰ ਦੱਸਦੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਅੱਜ ਮੇਰੇ ਕੋਲ ਕੈਨੇਡਾ ਦਾ ਵੀਜ਼ਾ ਆ ਚੁੱਕਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਰਾਮਸ਼ਪਾਲ ਸਿੰਘ ਆ ਅਤੇ ਮੈਂ ਲਾਸਟ ਈਅਰ ਆਪਦੀ ਪਲੱਸ ਟੂ ਪਾਸ ਆਊਟ ਕੀਤੀ ਆ ਸੁਪਰ ਮੈਡੀਕਲ ਸਟਰੀਮ 'ਚ, ਅਤੇ ਮੇਰੇ ਆਇਲਸ 'ਚੋਂ 5.5 ਬੈਂਡ ਆਏ ਆ ਅਤੇ ਮੈਂ ਇਹਨੂੰ ਲੈ ਕੇ ਬਹੁਤ ਕਨਫਿਊਜ਼ ਸੀਗਾ ਕਿ ਮੇਰਾ ਇੱਥੇ ਵੀਜ਼ਾ ਆਊਗਾ ਵੀ ਕਿ ਨਹੀਂ ਆਊਗਾ। ਫਿਰ ਮੈਂ 1-2 ਮਹੀਨੇ ਤਾਂ ਆਪਦੇ ਫਰੈਂਡਸ ਨਾਲ ਅਤੇ ਫੈਮਿਲੀ ਨਾਲ ਡਿਸਕਸ ਕਰਦਾ ਰਿਹਾ ਅਤੇ ਫਿਰ ਉਸ ਟਾਈਮ 'ਤੇ ਮੈਂ ਪਲੈਨਟ ਸਕੂਲ ਦੀ ਐਡ ਦੇਖੀ ਟੀ ਵੀ 'ਤੇ, ਅਤੇ ਉਹਦੇ ਨਾਲ ਹੀ ਅਸੀਂ ਇਹਨਾਂ ਬਾਰੇ ਡਿਸਕਸ ਕਰਨ ਲੱਗ ਗਏ। ਫਿਰ ਇੱਕ ਦਿਨ ਮੈਂ ਆਪਦੀ ਫੈਮਿਲੀ ਨਾਲ ਆ ਕੇ ਇਹਨਾਂ ਨਾਲ ਵਿਜ਼ਿਟ ਕੀਤਾ ਅਤੇ ਇਹਨਾਂ ਨੇ ਕਾਉਂਸਲਿੰਗ ਕੀਤੀ, ਮੇਰੀ ਪ੍ਰੋਫਾਈਲ ਚੈੱਕ ਕੀਤੀ, ਮੇਰੀ ਪ੍ਰੋਫਾਈਲ ਦੇ ਹਿਸਾਬ ਨਾਲ ਇਹਨਾਂ ਨੇ ਮੈਨੂੰ ਦੱਸਿਆ ਵੀ ਤੁਹਾਨੂੰ ਆਹ ਕੋਰਸ ਸੂਟ ਕਰਦੇ ਆ। ਉਹਨਾਂ 'ਚ ਮੇਰਾ ਪ੍ਰੀ ਹੈਲਥ ਸਾਇੰਸ ਦੇ ਵਿੱਚ ਥੋੜ੍ਹਾ ਜਿਹਾ ਇੰਟਰਸਟ ਬਣਿਆ, ਮੈਂ ਇਹਨਾਂ ਨੂੰ ਕਿਹਾ ਵੀ ਮੇਰਾ ਆਹ ਕੋਰਸ ਤੁਸੀਂ ਸਿਲੈਕਟ ਕਰ ਦਿਓ, ਅਤੇ ਇਹਨਾਂ ਨੇ ਜੋ ਵੀ ਅਸੀਂ ਕਿਹਾ ਉਹ ਕੀਤਾ ਅਤੇ ਟੋਟਲੀ ਟਰੱਸਟਵਰਦੀ ਪਰਸਨ ਆ। ਜਿਹੜੇ ਵੀ ਮੇਰੇ ਦੋਸਤ ਮਿੱਤਰ ਦੇ 5.5 ਬੈਂਡ ਆਇਆ ਉਹ ਇੱਕ ਵਾਰੀ ਜ਼ਰੂਰ ਇੱਥੇ ਵਿਜ਼ਿਟ ਕਰਨ, ਕਿਉਂਕਿ ਇਹ ਜੋ ਵੀ ਕਹਿੰਦੇ ਆ ਉਹ ਕਰਦੇ ਵੀ ਆ, ਅਤੇ ਇਹਨਾਂ ਨੇ ਮੇਰਾ ਵੀਜ਼ਾ ਵੀ ਲਗਵਾਇਆ, ਤੁਸੀਂ ਮੇਰਾ ਵੀਜ਼ਾ ਵੀ ਦੇਖ ਸਕਦੇ ਹੋ। ਥੈਂਕ ਯੂ। ਇਸੇ ਜੋ ਕੁਝ ਸਟੂਡੈਂਟ ਜਿਨ੍ਹਾਂ ਨੇ ਆਪਣਾ ਐਕਸਪੀਰੀਅੰਸ ਤੁਹਾਡੇ ਤੱਕ ਸ਼ੇਅਰ ਕੀਤਾ ਜੋ ਪਲੈਨਟ ਬੁਲਸ ਵੱਲੋਂ ਉਹਨਾਂ ਨੂੰ ਮਿਲਿਆ, ਤੁਸੀਂ ਇਹਨਾਂ ਵੱਲੋਂ ਕੋਈ ਅਸੈਸਮੈਂਟ ਚਾਹੁੰਦੇ ਹੋ, ਕਾਉਂਸਲਿੰਗ ਚਾਹੁੰਦੇ ਹੋ, ਤਾਂ ਇਹਨਾਂ ਤੱਕ ਨੰਬਰਾਂ ਜ਼ਰੀਏ ਕਾਲ ਕਰਕੇ ਅਪਾਇੰਟਮੈਂਟ ਲੈ ਕੇ ਮਿਲਿਆ ਜਾ ਸਕਦਾ ਹੈ। ਪਲੈਨਟ ਬੁਲਸ ਇੱਕੋ ਹੀ ਕੰਪਨੀ ਹੈ, ਉਹਨਾਂ ਨਾਲ ਮਿਲਦੇ ਜੁਲਦੇ ਕਾਫੀ ਨਾਮ ਖੁੱਲ ਚੁੱਕੇ ਨੇ, ਬਟ ਫੇਜ਼ 2 ਮੋਹਾਲੀ ਵਿਖੇ ਇਹਨਾਂ ਦੀ ਕੰਪਨੀ ਜਿਹੜੀ ਆ ਲੋਕੇਟਿਡ ਹੈ, ਉਹਦਾ ਐਡਰੈਸ ਵੀ ਚੱਲ ਰਿਹਾ, ਤੁਸੀਂ ਨੋਟ ਡਾਊਨ ਕਰਕੇ ਉੱਥੇ ਵਿਜ਼ਿਟ ਕਰਕੇ ਜੇ ਫਰੀ ਆਫ ਕੋਸਟ ਕਾਉਂਸਲਿੰਗ ਚਾਹੁੰਦੇ ਹੋ ਲੈ ਸਕਦੇ ਹੋ। ਸਮਾਂ 2 ਮਿੰਟ ਦਾ ਬਚਿਆ, ਕੋਈ ਖਾਸ ਮੈਸੇਜ, ਕੋਈ ਖਾਸ ਜਿਹੜੀ ਗੱਲਬਾਤ ਜਸਲੀਨ ਤੁਸੀਂ ਕਹਿਣਾ ਚਾਹੋ? ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜੋ ਵੀ ਸਟੂਡੈਂਟ ਅਪਲਾਈ ਕਰਨਾ ਚਾਹੁੰਦੇ ਨੇ ਜਨਰਲ ਕੈਟੇਗਰੀ ਵਿੱਚ, ਉਹ ਆਪਣਾ ਟਾਈਮ ਨਾ ਖਰਾਬ ਕਰਦੇ ਹੋਏ 5.5 ਬੈਂਡ ਦੇ ਨਾਲ ਅਪਲਾਈ ਕਰ ਸਕਦੇ ਨੇ। ਦੂਜੀ ਗੱਲ,
ਸਿਰਫ ਆਈਲੈਟਸ ਹੀ ਡਿਪੈਂਡ ਨਹੀਂ ਕਰਦਾ ਕਿ ਤੁਹਾਡੀ ਕੈਟਾਗਰੀ ਜਨਰਲ ਵਿੱਚ ਅਪਲਾਈ ਹੋਏਗਾ, ਅਗਰ ਤੁਹਾਡਾ ਗੈਪ ਹੈਗਾ, ਤੁਹਾਡੀ ਪਰਸੈਂਟੇਜ ਲੋਅ ਹੈਗੀ ਹੈ, ਤੇ ਉਹਨਾਂ ਸਟੂਡੈਂਟ ਨੂੰ ਵੀ ਜਨਰਲ ਕੈਟਾਗਰੀ ਵਿੱਚ ਅਪਲਾਈ ਕਰਨਾ ਪਏਗਾ। ਰਿਫਿਊਜ਼ਲ ਵਾਲਾ ਸਟੂਡੈਂਟ ਜਿਹੜਾ ਹੈਗਾ ਉਹ ਵੀ ਜਨਰਲ ਕੈਟਾਗਰੀ ਵਿੱਚ ਅਪਲਾਈ ਕਰੇਗਾ, ਤੇ ਦੋਨੋਂ ਹੀ ਕੈਟਾਗਰੀ ਵਿੱਚ ਜਿਹੜੀ ਇੱਕ ਮੇਨ ਗੱਲ ਹਰ ਸਟੂਡੈਂਟ ਦੇ ਮਾਈਂਡ ਦੇ ਵਿੱਚ ਹੈ ਕਿ ਵੀਜ਼ਾ ਲੱਗਣ ਤੋਂ ਬਾਅਦ ਸਾਡੇ ਨਾਲ ਕੋਈ ਉੱਥੇ ਜਾ ਕੇ ਭੇਦਭਾਵ ਤਾਂ ਨਹੀਂ ਹੋਏਗਾ ਵੀ ਅਸੀਂ ਐਸਟੀਪੀ ਦੇ ਥਰੂ ਆਏ ਹਾਂ ਤੇ ਦੂਜਾ ਸਟੂਡੈਂਟ ਜਨਰਲ ਦੇ ਥਰੂ ਆਇਆ, ਬਿਲਕੁਲ ਵੀ ਨਹੀਂ ਹੋਏਗਾ। ਐਸਪੀਪੀ ਤੇ ਜਨਰਲ ਕੈਟਾਗਰੀਜ਼ ਐ ਜਸਟ ਜਦੋਂ ਤੁਹਾਡੀ ਫਾਈਲ ਲੱਗਣੀ ਹੈ, ਵੀਜ਼ਾ ਆਉਣ ਤੱਕ ਸਿਰਫ ਉਹ ਕੈਟਾਗਰੀ ਹੈ। ਵੀਜ਼ਾ ਲੱਗਣ ਤੋਂ ਬਾਅਦ ਤੁਹਾਨੂੰ ਇੰਬੈਸੀ ਆਫਿਸਰ ਜਿਹੜਾ ਕਿ ਵੀਜ਼ਾ ਦੇ ਦੇਗਾ। ਵੀਜ਼ਾ ਲੱਗਣ ਤੋਂ ਬਾਅਦ ਜਦੋਂ ਤੁਸੀਂ ਇੱਥੋਂ ਚਲੇ ਜਾਓਗੇ, ਤੁਹਾਨੂੰ ਏਅਰਪੋਰਟ ਤੇ, ਤੁਹਾਨੂੰ ਕਾਲਜ 'ਚ, ਤੁਹਾਨੂੰ ਕਿਤੇ ਵੀ ਇਹ ਨਹੀਂ ਪੁੱਛਿਆ ਜਾਂਦਾ ਕਿ ਤੁਹਾਡਾ ਵੀਜ਼ਾ ਕਿਹੜੀ ਕੈਟਾਗਰੀ ਦੇ ਥਰੂ ਲੱਗਿਆ। ਬਿਕਾਜ਼ ਸਟੂਡੈਂਟ ਇੱਥੇ ਕਨਫਿਊਜ਼ਡ ਹੈ ਕਿ ਅਗਰ ਮੈਂ ਜਨਰਲ ਦੇ ਵਿੱਚ ਅਪਲਾਈ ਕਰ ਰਹੀ ਹਾਂ, ਮੈਂ ਐਸਪੀਪੀ ਦੇ ਵਿੱਚ ਅਪਲਾਈ ਕਰ ਰਿਹਾ, ਤੇ ਉਹ ਇਹਦਾ ਕੋਈ ਅਸਰ ਕੈਨੇਡਾ ਜਾ ਕੇ ਹੋਏਗਾ। ਜਦੋਂ ਵੀਜ਼ਾ ਆ ਗਿਆ, ਵੀਜ਼ਾ ਲੱਗਣ ਤੋਂ ਬਾਅਦ ਇਹ ਕੈਟਾਗਰੀ ਦਾ ਕੋਈ ਰੋਲ ਨਹੀਂ ਹੈ ਕਿ ਤੁਸੀਂ ਕਿਹੜੀ ਕੈਟਾਗਰੀ ਤੋਂ ਵੀਜ਼ਾ ਲਿੱਤਾ, ਫਿਰ ਸਾਰੇ ਸਟੂਡੈਂਟ ਉੱਥੇ ਜਾ ਕੇ ਇਕੁਅਲ ਨੇ ਜੀ। ਸੋ ਜਸਲੀਨ, ਅੱਜ ਦੇ ਸ਼ੋਅ ਦੇ ਵਿੱਚ ਸਮਾਂ ਕੱਢ ਕੇ ਆਉਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਧੰਨਵਾਦ ਸਾਰੇ ਦਰਸ਼ਕਾਂ ਦਾ, ਟੈਕਨੀਕਲ ਟੀਮ ਦਾ। ਸ਼ੋਅ ਨੂੰ ਇੱਥੇ ਖਤਮ ਕਰਦੇ ਹਾਂ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।